ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਦਿਹਾ ਤੂੰ ਕਰਾਹੇ ਦਿਹਾ ਹੋ ਕਰੀ ਵਖਿਆਨ। ਡੰਡਾਉਤ ਵੰਦਨ ਅਨਕਵਾਰ ਸਰਵ ਕਲਾ ਸਮਰੱਥ, ਡੋਲਣ ਤੇਰਾ ਕੋ ਪ੍ਰਭੂ, ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ ਭਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪੰਡਿਤ ਸ਼ੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਕੋਏ ਨਾ। ਪੰਡਿਤ ਸ਼ੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਕੋਏ ਨਾ। ਪੰਡਿਤ ਸ਼ੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਕੋਏ ਨਾ। ਪੰਡਿਤ ਸ਼ੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਕੋਏ ਨਾ। ਭਗਤ ਬਰਾਬਰ ਕੋਏ ਨਾ, ਪੰਡਿਤ ਸ਼ੂਰ ਸ਼ਤਰ ਪੰਡਿਤ ਸ਼ੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਕੋਏ ਨਾ। ਪੰਡਿਤ ਸ਼ੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਕੋਏ ਨਾ। ਪੰਡਿਤ ਸ਼ੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਕੋਏ ਨਾ। ਪੰਡਿਤ ਸ਼ੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਕੋਏ ਨਾ। ਬਰਾਬਰ ਕੋਏ ਨਾ, ਬਰਾਬਰ ਕੋਏ ਨਾ, ਬਰਾਬਰ ਕੋਏ ਨਾ, ਬਰਾਬਰ ਕੋਏ ਨਾ। ਭਗਤ ਬਰਾਬਰ ਕੋਏ ਨਾ, ਭਗਤ ਬਰਾਬਰ ਕੋਏ ਨਾ, ਬਰਾਬਰ ਕੋਏ ਨਾ, ਭਗਤ ਬਰਾਬਰ ਕੋਏ ਨਾ। ਭਗਤ ਬਰਾਬਰ ਕੋਏ ਨਾ, ਬਰਾਬਰ ਕੋਏ। ਬਰਾਬਰ ਕੋਏ ਨਾ, ਭਗਤ ਬਰਾਬਰ ਕੋਏ ਨਾ, ਬਰਾਬਰ ਕੋਏ ਨਾ, ਭਗਤ ਬਰਾਬਰ ਕੋਏ ਨਾ। ਭਗਤ ਬਰਾਬਰ ਕੋਏ ਨਾ, ਭਗਤ ਬਰਾਬਰ ਕੋਏ ਨਾ, ਭਗਤ ਬਰਾਬਰ ਕੋਏ ਨਾ, ਭਗਤ ਬਰਾਬਰ ਕੋਏ ਨਾ। ਭਗਤ ਬਰਾਬਰ ਕੋਏ ਨਾ, ਭ
ਪੰਡਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਏ ਨਾ ਪੰਡਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਏ ਨਾ ਪੰਡਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਏ ਨਾ ਪੰਡਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਕੋਏ ਨਾ ਪਤ ਰਾਜਾ ਪੰਡਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਜੈਸੇ ਪੁਰਾਣ ਪਾਤ ਰਹਿ ਜਲ ਸਮੀਪ ਪਨ ਰਵਿਦਾਸ ਜਨਮੇ ਜਗੋਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਜੀ ਅਤੇ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਤਿਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਉਪਮਾ ਸਰੂਪ, ਕਿਰਪਾਲੂ, ਦਿਆਲੂ, ਅੰਤਰਜਾਮੀ, ਕਰੁਣਾ, ਦਾਨ, ਦਇਆ ਦੇ ਸਾਗਰ, ਰੂਹਾਨੀਅਤ ਦੇ ਮੁਜੱਸਮੇ, ਸਮੁੱਚੀ ਮਾਨਤਾ ਦੇ ਰਹਿਬਰ, ਦਸਾਂ ਪਾਤਸ਼ਾਹ ਜਗਦੀ ਜੋਤ ਗੁਰਤਾ ਗੱਦੀ ਤੇ ਵਿਰਾਜਮਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ, ਮਹਾਨ ਸ਼ਹੀਦਾਂ ਦੀ ਕਿਰਪਾ ਦਾ ਸਦਕਾ, ਅੰਮ੍ਰਿਤ ਵੇਲ ਤੋਂ ਲੈ ਕਰਕੇ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ, ਸਮੇਂ ਨੂੰ ਅਤੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ, ਵਡਭਾਗੀ ਹੋ ਜੋ ਤੁਧ ਸੱਚ ਤੇ ਆਏ ਦੇ ਸੇ ਬਿਰਲੇ ਥੋੜੇ। ਇਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ, ਬਹੁਤ ਥੋੜੇ ਜੀਵ ਹਨ ਜੋ ਇਕਾਗਰ ਚਿੱਤ ਕਰਕੇ ਤੇਰਾ ਸਿਮਰਨ ਕਰਦੇ ਹਨ। ਮੈਂ ਰੋਜ਼ ਪੜ੍ਹਦੇ ਹਾਂ ਸੁਣਦੇ ਨਾ, ਜਗ ਮੈਂ ਉਤਮ ਕਾਢੀ ਹੈ ਵਿਰਲੇ ਕਈ ਕੇ। ਇੱਥੇ ਵੀ ਪਾਤਸ਼ਾਹ ਕਹਿੰਦੇ ਨੇ ਭਾਈ ਬਹੁਤ ਥੋੜ੍ਹੇ ਹਨ, ਜ਼ਿਆਦੇ ਨਹੀਂ ਹਨ ਜਿਹੜੇ ਚਿੱਤ ਇਕਾਗਰ ਕਰਕੇ ਪਰਮਾਤਮਾ ਨੂੰ ਸਿਮਰਦੇ ਹਨ। ਉਹ ਚਾਹੇ ਦਰਬਾਰ ਵਿੱਚ ਦੀ ਗੱਲ ਕਰ ਲਈਏ, ਚਾਹੇ ਆਪਣੇ ਘਰੇ ਆ, ਜਾਂ ਕਿਤੇ ਕੰਮ 'ਤੇ ਆ ਆਪਾਂ ਭਾਈ, ਅਤੇ ਕਿਸਾਨ ਖੇਤੀ ਕਰ ਰਿਹਾ, ਕੋਈ ਦਿਹਾੜੀ ਕਰ ਰਿਹਾ, ਬੀਜ ਨਾਸ ਨਹੀਂ ਹੈ ਵੀ ਨਹੀਂ ਤੇ ਆਉਂਦੇ, ਐਸੇ ਵੀ ਹਨ ਜਿਹੜੇ ਸਾਰਾ ਸਾਰਾ ਦਿਨ ਬਾਣੀ ਪੜ੍ਹਨ ਵਾਲੇ ਹਨ, ਸਾਰਾ ਸਾਰਾ ਦਿਨ ਸਿਮਰਨ ਕਰਨ ਵਾਲੇ ਹਨ, ਹੈਗੇ, ਕਿਉਂਕਿ ਧਰਤੀ ਖੜੀ ਹੋ ਇਸੇ ਕਰਕੇ ਆ। ਧੌਲ ਧਰਮ ਦਇਆ ਕਾ ਪੂਤ, ਜਿੱਥੇ ਦਇਆ ਆ ਗਈ ਉੱਥੇ ਪਰਮਾਤਮਾ ਆ ਗਿਆ, ਜਿੱਥੇ ਦਇਆ ਹੈ ਉੱਥੇ ਪਰਮੇਸ਼ਰ ਹੈ। ਪਾਤਸ਼ਾਹ ਕਹਿੰਦੇ ਨੇ ਬਹੁਤ ਥੋੜ੍ਹੇ ਹਨ, ਪਰ ਮਹਾਰਾਜ ਕਹਿੰਦੇ ਜੋ ਮਨ ਚਿੱਤ ਇੱਕ ਅਰਾਧ ਤੇ, ਜੋ ਮਨ ਚਿੱਤ ਇੱਕ ਅਰਾਧ ਦੇ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਇੱਕ ਇੱਥੇ ਇੱਕ ਦੇ ਥੱਲੇ ਔਂਕੜ ਲੱਗਿਆ ਹੋਇਆ, ਇੱਕ ਦਾ ਭਾਵ ਇੱਕ ਓਅੰਕਾਰ ਬੋਲਦੇ ਹਾਂ ਆਪਾਂ, ਇੱਕ ਅਕਾਲ ਪੁਰਖ ਵਾਹਿਗੁਰੂ। ਜੇ ਇਕੱਲਾ ਇੱਕ ਹੁੰਦਾ ਫਿਰ ਇੱਕ ਨੂੰ ਕਿਹਾ ਜਾਂਦਾ, ਗਿਣਤੀ ਆ ਜਾਂਦੀ ਹੈ। ਅਤੇ ਪਾਤਸ਼ਾਹ ਕਹਿੰਦੇ ਪੂਰਨ ਇਕਾਗਰਤਾ ਵਿੱਚ ਜੋ ਮਨੁੱਖ ਇੱਕ, ਜਿਵੇਂ ਕਹਿ ਲਈਏ ਘਰ ਵਿੱਚ ਇੱਕ ਬੰਦਾ ਅਰਾਧਦਾ ਨਾ, ਮਹਾਰਾਜ ਕਹਿੰਦੇ ਜਿਵੇਂ ਪ੍ਰਹਿਲਾਦ ਭਗਤ ਦੀ ਗੱਲ ਕਰ ਦਈਏ, ਪ੍ਰਹਿਲਾਦ ਭਗਤ ਇੱਕੇ ਹੋਇਆ ਹਰਨਾਕਸ਼ਾਂ ਦੀ ਕੁਲ ਵਿੱਚ, ਕੱਲਰ ਕਬਲ ਭਗਤ ਪ੍ਰਹਿਲਾਦ ਕਰਨ ਹਰਨਾਕਸ਼ ਦੈਤ ਦੇ, ਭਾਈ ਗੁਰਦਾਸ ਜੀ ਦੀ ਪਾਰ। ਜਿਵੇਂ ਕੱਲਰ ਦੇ ਵਿੱਚ ਕਹਿੰਦੇ ਕਮਲ ਦਾ ਫੁੱਲ ਉੱਗਦਾ ਹੈ, ਇੱਦਾਂ ਉਹਨਾਂ ਦੇ ਘਰੇ ਭਗਤ ਪ੍ਰਹਿਲਾਦ ਦਾ ਜਨਮ ਹੋਇਆ। ਹੁਣ ਹੋਇਆ ਕਿਉਂ, ਇਹਦੇ ਵਿੱਚ ਵੀ ਬਹੁਤ ਵੱਡੀ ਗੱਲ ਹੈ, ਕਿਉਂਕਿ ਜਿਹੜੀ ਪ੍ਰਹਿਲਾਦ ਦੇ ਘਰ ਵਾਲੀ ਸੀ, ਪ੍ਰਹਿਲਾਦ ਦੀ ਮਾਂ, ਮਾਫ ਕਰਿਓ, ਹਰਨਾਕਸ਼ ਦੇ ਘਰੋਂ, ਉਹ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੀ ਸੀ, ਭਾਵ ਚੋਰੀ ਸਿਮਰਨ ਕਰਦੀ ਸੀ, ਪਤਾ ਨਹੀਂ ਸੀ ਹਰਨਾਕਸ਼ ਨੂੰ ਵੀ ਸਿਮਰਨ ਕਰਦੀ ਹੈ। ਪਰ ਇੱਥੇ ਧਿਆਨ ਦਿਓ, ਬਾਣੀ ਦੀ ਪੰਗਤੀ ਦੇ ਨਾਲ ਜੁੜਦੀ ਪੰਗਤੀ ਹੈ, ਜੋ ਮਨ ਇੱਕ ਚਿੱਤ ਅਰਾਧ ਦੇ, ਤਨ ਕੀ ਬਰਕਤ ਖਾਹੇ ਅਸੰਖ ਕਰੋੜੇ। ਹੁਣ ਇੱਕ ਨੇ ਅਰਾਧਿਆ, ਇੱਕ ਨੇ ਐਸਾ ਅਰਾਧਿਆ
ਤੇ ਘਰ ਵਿੱਚ ਪਰਮਾਤਮਾ ਹੀ ਆਪ ਆ ਗਏ। ਸਾਧ ਰੂਪ ਆਪਣਾ ਤਨ ਧਾਰਿਆ, ਜਿਹੜਾ ਭਗਤ ਹੈ ਉਹ ਪਰਮੇਸ਼ਰ ਹੈ, ਗੁਰੂ ਦਾ ਸਿੱਖ ਹੈ ਉਹ ਵੀ ਪਰਮੇਸ਼ਰ ਹੈ, ਜਿਹੜੇ ਨਾਮ ਜਪਣ ਵਾਲੇ ਹਨ। ਫਿਰ ਕੀ ਹੋਇਆ, ਭਗਤ ਪ੍ਰਹਿਲਾਦ ਕੇ ਇੱਕੀ ਹੀ ਕੁੱਲ ਧਾਰੇ, ਇੱਕੀ ਕੁੱਲਾਂ ਧਰ ਗਈਆਂ। ਹੋਇਆ ਤਦ ਪਹਿਲਾਂ ਉਹਦੀ ਮਾਂ ਨੇ ਉਹਦੇ ਅਕਾਲ ਪੁਰਖ ਵਾਹਿਗੁਰੂ ਦੀ ਸਿਮਰਨ ਕੀਤਾ। ਹੁਣ ਹਰਨਾਕਸ਼ ਦੇ ਘਰੇ ਤਾਂ ਕੋਈ ਨਾਮ ਜਪਣ ਵਾਲਾ ਹੋਇਆ ਨਹੀਂ ਸੀ, ਉੱਥੇ ਤਾਂ ਇਹ ਕਹਿ ਰਿਹਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਇਹਾਂ ਹਰਨਾਕਸ਼ ਊਹਾਂ ਹਰਨਾਕਸ਼, ਵੀ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਇੱਥੇ ਵੀ ਹੈ ਅਤੇ ਇੱਥੇ ਵੀ ਹੈ, ਸਾਰੇ ਕਿਤੇ ਹਰਨਾਕਸ਼ ਹੀ ਹੈ। ਭਗਤ ਪ੍ਰਹਿਲਾਦ ਨੂੰ ਬੜਾ ਜ਼ੋਰ ਲਾਇਆ ਵੀ ਤੂੰ ਰਾਮ ਰਾਮ ਛੱਡ ਦੇ, ਨਹੀਂ ਛੋਡੂ ਰੇ, ਪੜ੍ਹ ਲਈਏ, ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਨਹੀਂ ਛੋਡੂ ਰੇ ਬਾਬਾ ਰਾਮ। ਬਾਬਾ ਰਾਮ ਨਾਮ, ਬਾਬਾ ਰਾਮ ਨਾਮ, ਬਾਬਾ ਰਾਮ ਨਾਮ, ਬਾਬਾ ਰਾਮ ਨਾਮ, ਰਾਮ ਨਾਮ। ਬਾਬਾ ਰਾਮ ਰਾਮ, ਨਹੀਂ ਛੋਡੂ ਰੇ ਬਾਬਾ ਰਾਮ ਨਾਮ। ਕਹਿੰਦੇ ਰਾਮ ਨਾਮ ਦਾ ਸਿਮਰਨ ਨਹੀਂ ਛੱਡਦਾ। ਹਰਨਾਕਸ਼ ਨੇ ਜ਼ੋਰ ਲਾ ਲਿਆ, ਕੋਠੇ ਵਿੱਚ ਬਾਹਰ ਦੀਆ ਤਾਲਾ, ਕੋਠੇ ਵਿੱਚ ਬੰਦ ਕਰਤਾ, ਬਾਹਰੋਂ ਤਾਲਾ ਵੀ ਮਾਰਤਾ, ਪਹਾੜਾਂ ਤੋਂ ਵੀ ਛੁੱਟ ਗਿਆ, ਬੜਾ ਜ਼ੋਰ ਲਾਇਆ ਵੀ ਪਰਮੇਸ਼ਰ ਦਾ ਨਾਮ ਛੱਡ ਕੇ ਮੇਰਾ ਹੀ ਨਾਮ ਜਪੇ। ਪ੍ਰਹਿਲਾਦ ਆਪ ਵਿਗੜਿਆ, ਸਭ ਚਾਟੜੀ ਵਿਗਾੜੇ। ਮਾਸਟਰ ਜਿਹਦੇ ਲਈ ਪੜ੍ਹਨ ਲਾਇਆ ਉਹ ਵੀ ਇਹ ਕਹਿ ਰਿਹਾ ਸੀ ਆਪ ਤਾਂ ਵਿਗੜਿਆ ਤੇ ਚਾਟੜੇ, ਨਾਲ ਦੇ ਸਾਥੀ ਵੀ ਵਿਗਾੜਤੇ। ਅਜੇ ਬੱਚੇ ਨੇ, ਹੁਣ
ਪਹਿਲੀ ਭਾਈ ਸਿਮਰਨ ਵੱਲ ਜੁੜੇ ਹੋਏ ਨਾ, ਬਾਣੀ ਵੱਲ ਜੁੜੇ ਹੋਏ ਨੇ, ਪਰ ਜੁੜਨਗੇ ਜਦੋਂ ਜਦੋਂ ਅਸੀਂ ਵੀ ਜੁੜੇ ਹੋਵਾਂਗੇ, ਜਦੋਂ ਜਿਹੜੀ ਮਾਂ ਸੀ ਉਹਦੀ ਜੁੜੀ ਹੋਈ ਸੀ ਅਕਾਲ ਪੁਰਖ ਵਾਹਿਗੁਰੂ ਨਾਲ ਬੰਦਗੀ ਕਰਦੀ ਸੀ। ਮਹਾਰਾਜ ਕਹਿੰਦੇ ਨੇ ਜੋ ਮਨ ਚਿੱਤ ਇੱਕ ਅਰਾਧ ਦੇ, ਜਿਹੜੇ ਇੱਕ ਨੂੰ ਅਰਾਧ ਦੇ ਨੇ ਇੱਕ ਚਿੱਤ ਹੋ ਕੇ। ਮਹਾਰਾਜ ਦੀ ਬਾਣੀ ਪੜ੍ਹਦੇ ਹੁੰਦੇ ਆਪਾਂ, ਭਾਈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ, ਚਿੱਤ ਨੂੰ ਇਕਾਗਰ ਕਰਕੇ ਰਾਧਣਾ। ਫਿਰ ਕਹਿੰਦੇ ਜਿਹੜੇ ਅਰਾਧ ਨੇ ਨਾ ਉਹਨਾਂ ਦੀ ਕਮਾਈ ਬੇਅੰਤ ਫਿਰ ਜੀਵ ਖਾਂਦੇ ਨੇ। ਹੁਣ ਖਾ ਲਈ ਨਾ ਜੀਵਾਂ ਨੇ, ਇੱਕੀ ਕੁਲਾਂ ਤਰ ਗਈਆਂ। ਹੋਰ ਮਹਾਰਾਜ ਨੂੰ ਪੁੱਛ ਲਓ, ਮਹਾਰਾਜ ਕਹਿੰਦੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਧਰੈ ਸਗਲੇ ਕੁਲ ਧਾਰੈ ਹਰ ਦਰਗਹਿ ਪਦ ਸਿਉ ਜਾਏ। ਜਿਹੜੇ ਕੀਰਤਨ ਨੂੰ ਸੁਣਦੇ ਵੀ ਨੇ, ਗਾਉਂਦੇ ਵੀ ਨੇ, ਕੀਰਤੀ ਪਰਮਾਤਮਾ ਦੀ, ਪਰਮੇਸ਼ਰ ਦਾ ਨਾਮ ਜਪਣਾ, ਇਕੱਲਾ ਵਾਜੇ ਨਾਲ ਕੀਰਤਨ ਨਹੀਂ ਕਹਿ ਰਹੇ। ਜੇ ਹੁਣ ਘਰੇ ਬਹਿ ਕੇ ਆਪਾਂ ਬਾਣੀ ਪੜ੍ਹ ਰਹੇ ਹਾਂ, ਉੱਚੀ ਬੋਲ ਕੇ ਬਾਣੀ ਪੜ੍ਹ ਰਹੇ ਹਾਂ, ਵਾਹਿਗੁਰੂ ਕਰ ਰਹੇ ਹਾਂ, ਉਹ ਵੀ ਕੀਰਤੀ ਹੈ ਮਹਾਰਾਜ ਦੀ। ਫਿਰ ਮਹਾਰਾਜ ਕਹਿੰਦੇ ਨੇ ਗੁਰਮੁਖ ਜਪੀਐ ਲਾਏ ਧਿਆਨਾ, ਧਿਆਨ ਲਾ ਕੇ, ਇੱਥੇ ਇਕਾਗਰ ਚਿੱਤ ਦੀ ਗੱਲ ਹੈ, ਉਹ ਧਿਆਨ ਵੀ ਕੇ ਗੱਲ ਹੈ। ਫਿਰ ਮਹਾਰਾਜ ਕਹਿੰਦੇ ਆਪ ਤਰੈ ਸਗਲੇ ਕੁਲ ਤਾਰੈ, ਨਾਲੇ ਆਪ ਤਰੂ ਨਾਲੇ ਕੁਲਾਂ ਨੂੰ ਤਾਰੂਗਾ। ਮਹਾਰਾਜ ਨੇ ਇੱਥੋਂ ਵੀ ਕਹਿਤਾ ਭਾਈ ਸੰਗੀ ਸਾਥੀ ਸਭੇ ਸਡਾਵ ਹੈ। ਫਿਰ ਸੰਗੀ ਜਿਹੜੇ ਸਾਥੀ ਬਣਦੇ ਨੇ ਉਹਨਾਂ ਦੇ ਨਾ, ਉਹਨਾਂ ਨੂੰ ਵੀ ਮਾੜਾ ਛੁਡਾ ਕੇ ਲੈ ਜਾਂਦੇ ਨੇ। ਰੱਬ ਦੇ ਪਿਆਰਿਆਂ ਦਾ ਜੀਵ ਹੈ, ਕਿਉਂਕਿ ਉਹ ਪਰਮਾਤਮਾ ਦੇ ਪਿਆਰੇ ਆਈ ਤਾਰਨ ਵਾਸਤੇ ਹਨ। ਪਰ ਉਹ ਫਿਰ ਉਹ ਮਹਾਰਾਜ ਦੀ ਕੱਲ੍ਹ ਗੱਲ ਕਰ ਰਹੇ ਸੀ, ਬਾਣੀ ਕਹਿੰਦੇ ਨਾ ਭਾਈ ਉਹ ਸੂਰਮੇ ਹਨ। ਅਤੇ ਮਹਾਰਾਜ ਕਹਿੰਦੇ ਜੋ ਤੁਧ ਨੂੰ ਸਭ ਧਿਆਈ ਦੀ ਸੇ ਪਾਏ ਥਾਏ ਪਾਏ ਸੋ ਸਾਹਿਬ ਲੋੜੇ। ਹੁਣ ਕਹਿੰਦੇ ਮਹਾਰਾਜ ਕਹਿੰਦੇ ਉਂਝ ਤਾਂ ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਹੈ, ਕਿਉਂਕਿ ਜੀਵ ਵੀ ਉਹਨੂੰ ਧਿਆਉਂਦੇ ਨੇ, ਇਹ ਨਹੀਂ ਵੀ ਨਹੀਂ। ਪਰ ਪ੍ਰਵਾਨ ਉਹ ਹੁੰਦੇ ਹਨ ਜਿਹਨਾਂ ਨੂੰ ਤੂੰ ਮਾਲਕ ਆਪ ਪਸੰਦ ਕਰਦਾ, ਜਿਹਨਾਂ 'ਤੇ ਤੂੰ ਆਪ ਕਿਰਪਾ ਕਰਦਾ, ਪ੍ਰਵਾਨ ਉਹ ਹੋਣਗੇ। ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਜਿਹੜੇ ਖਸਮ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰ ਕੇ ਉਹਨੂੰ ਧਿਆਉਂਦੇ ਨੇ, ਫਿਰ ਉਹਨੂੰ ਪਸੰਦ ਆਉਂਦੇ ਨੇ। ਮਹਾਰਾਜ ਦੀ ਹੋਰ ਬਾਣੀ ਕਹਿੰਦੀ ਹੈ ਨਾ ਭਾਈ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹ ਸੋਹਣੇ ਲੱਗਦੇ ਨੇ। ਮਹਾਰਾਜ ਕਹਿੰਦੇ ਜਿਹੜੇ ਸੰਗਤ ਵਿੱਚ ਬਹਿ ਕੇ ਮੇਰਾ ਧਿਆਨ ਧਰਦੇ ਨੇ। ਭਗਵਾਨ ਨੂੰ ਪੁੱਛੇ ਨਾਰਦ ਨੇ, ਮਹਾਰਾਜ ਤੁਸੀਂ ਕਿਹਦਾ ਧਿਆਨ ਧਰਦੇ ਹੋ, ਤੁਹਾਡੇ ਤਾਂ ਭਗਤ ਮਾਲਾ ਫੇਰਦੇ ਨੇ, ਕਿੰਨੇ ਸੋਹਣੇ ਵਚਨ ਨੇ ਭਗਵਾਨ ਦੇ ਜਦ ਆਪਾਂ ਸੁਣਦੇ ਹਾਂ। ਮਹਾਰਾਜ ਤੁਸੀਂ ਕਿਹਦਾ ਧਿਆਨ ਧਰਦੇ ਹੋ, ਕਹਿੰਦੇ ਜਿਹੜਾ ਸਾਡਾ ਧਿਆਨ ਧਰਦੇ ਨੇ ਅਸੀਂ ਉਹਨਾਂ ਦਾ ਧਿਆਨ ਧਰਦੇ ਹਾਂ। ਕਿੰਨੇ ਮਹਾਰਾਜ ਨੇ ਪਿਆਰ ਨਾਲ ਕਿਹਾ ਹੋਵੇਗਾ ਮਿੱਠੇ ਬੋਲਣਾ ਨਾਲ। ਅਤੇ ਹੁਣ ਆਪਾਂ ਵੀ ਕਹਿ ਦੇਣਾ ਸੰਸਾਰ ਵਿੱਚ ਭਾਈ ਹੱਥਾਂ ਨੂੰ ਹੱਥ ਨੇ ਤਾਂ ਆਪਾਂ ਵੀ ਕਹਿੰਦੇ ਹਾਂ ਨਾ, ਜੇ ਭਾਈ ਤੂੰ ਮੈਨੂੰ ਯਾਦ ਕਰੇਗਾ ਮੈਂ ਤੈਨੂੰ ਯਾਦ ਕਰੂੰ। ਅਤੇ ਮਹਾਰਾਜ ਤਾਂ ਹੀ ਕਹਿੰਦੇ ਨੇ ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਦਾ ਭਾਵ ਦਾ ਚਿੰਤਨ ਕਰਨਾ, ਉਹਨੂੰ ਚਿੱਤ ਵਿੱਚ ਲਿਆਉਣਾ। ਅਤੇ ਫਿਰ ਮਹਾਰਾਜ ਕਹਿੰਦੇ ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ ਤਨ ਮਾਹੇ ਮਟਾਵੋ, ਸਿਮਰੋ ਜਾਸ ਬੁਸਮ ਬਰੇਕੈ ਨਾਮ ਜਪਤ ਅਗਣਤ ਅਨੇਕੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਰਾਮ ਪਿਆਰੇ ਨੂੰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਰਾਮ ਪਿਆਰੇ ਨੂੰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਰਾਮ ਪਿਆਰੇ ਨੂੰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਰਾਮ ਪਿਆਰੇ ਨੂੰ।
ਰਾਮ ਪਿਆਰੇ ਨੂੰ ਸਿਮਰੋ, 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 ਰਾਮ ਪਿਆਰੇ ਨੂੰ, ਰਾਮ ਪਿਆਰੇ ਨੂੰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਰਾਮ ਪਿਆਰੇ ਨੂੰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਰਾਮ ਪਿਆਰੇ ਨੂੰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਰਾਮ ਪਿਆਰੇ ਨੂੰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਰਾਮ ਪਿਆਰੇ, ਸਿਮਰ ਸਿਮਰ ਸੁਖ ਪਾਵੋ, ਸਿਮਰੋ ਰਾਮ ਪਿਆਰੇ ਨੂੰ। ਫਿਰ ਮਹਾਰਾਜ ਕਹਿੰਦੇ ਸਿਮਰਨ ਕਰਨ ਦੇ ਨਾਲ ਆਪ ਤਰ੍ਹਾਂ ਸਗਲੇ ਕੁਲ ਤਾਰ ਹੈ, ਕੁਲਾਂ ਨੂੰ ਵੀ ਤਾਰ ਲਵੇਂਗਾ। ਤਾਂ ਹੀ ਮਹਾਰਾਜ ਕਹਿੰਦੇ ਨੇ ਭਾਈ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕਹੇ। ਸੂਰ ਕਹਿੰਦੇ ਨੇ ਸੂਰ ਮੈਨੂੰ, ਛਤਰਪਤ ਕਹਿੰਦੇ ਨੇ ਛਤਰਧਾਰੀ ਨੂੰ, ਪੰਡਿਤ ਦਾ ਆ ਗਿਆ ਵਿਦਵਾਨ ਦਾ, ਇੱਥੇ ਆ ਉੱਥੇ ਜਿਹੜਾ ਵਿਦਵਾਨ ਹੈ ਭਾਈ ਉਹ ਕਿਸੇ ਵੀ ਕੌਮ ਦੇ ਵਿੱਚ ਹੈ, ਉਹਨੂੰ ਕਿਹਾ ਮਹਾਰਾਜ ਨੇ ਪੰਡਿਤ ਸੂਰ ਛਤਰਪਤ ਰਾਜਾ। ਜੇ ਕੋਈ ਵਿਦਵਾਨ ਵੀ ਹੈ, ਕੋਈ ਸੂਰਮਾ ਵੀ ਹੈ, ਕੋਈ ਛਤਰਧਾਰੀ ਵੀ ਹੈ, ਕੋਈ ਰਾਜਾ ਵੀ ਹੈ, ਪਰ ਮਗਰ ਕਹਿੰਦੇ ਭਗਤ ਬਰਾਬਰ ਔਰ ਨਾ ਕੋਈ, ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਬਰਾਬਰ ਇਹ ਕੋਈ ਨਹੀਂ ਹੋ ਸਕਦੇ। ਸਾਰੀ ਦੁਨੀਆਂ ਦਾ ਗਿਆਨ ਇਕੱਠਾ ਕਿਉਂ ਨਾ ਕਰ ਲਏ ਕੋਈ ਪੰਡਿਤ ਵਿਦਵਾਨ, ਅਤੇ ਸੂਰਮਾ ਕਿਉਂ ਨਾ ਹੋਵੇ। ਜਿਵੇਂ ਕਹਿੰਦੇ ਨਾ ਭਾਈ, ਜਿਵੇਂ ਜੰਗਾਂ ਦੇ ਵਿੱਚ ਲੜਦੇ ਨੇ ਭਾਈ ਸਾਡੇ ਫੌਜੀ ਵੀਰ ਕਾਲਗਿਰ ਦੇ ਲੜਾਈ ਵਿੱਚ ਲੜੇ, ਕਹਿੰਦੇ ਮਰ ਭਗਤ ਬਰਾਬਰ ਔਰ ਨਾ ਕੋਈ। ਭਗਤ ਰਵਿਦਾਸ ਜੀ ਕਹਿੰਦੇ ਭਗਤ ਦੇ ਬਰਾਬਰ ਹੀ ਨਹੀਂ ਕਰ ਸਕਦਾ, ਪਰ ਜਿਹੜੇ ਕੌਮ ਤੋਂ ਲੜਦੇ ਨੇ ਭਾਈ, ਕੌਮ ਉਤੋਂ ਨਾ ਆਪਣੇ ਧਰਮ ਲਈ, ਉਹ ਵੀ ਕੋਈ ਘੱਟ ਨਹੀਂ ਹੈ। ਹੁਣ ਆਪਾਂ ਵਿਚਾਰ ਕਰ ਰਹੇ ਸੀ ਸੂਰਮੇ ਦੀ, ਅਕਾਲੀ ਜਥੇਦਾਰ ਫੂਲਾ ਸਿੰਘ ਜੀ ਦੀ, ਤੇ ਹੁਣ ਜਦੋਂ ਨਾ ਅਕਾਲੀ ਫੂਲਾ ਸਿੰਘ ਜੀ ਆਏ ਦੋਨਾਂ ਦੇ ਵਿਚਾਲੇ, ਹਰੀ ਸਿੰਘ ਭੰਗੀ ਇੱਧਰੋਂ ਤੋਪਾਂ ਪੀੜੀਆਂ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ, ਜਦੋਂ ਕਹਿੰਦੇ ਆਏ ਤਾਂ ਸਾਰਿਆਂ ਨੇ ਹਥਿਆਰ ਛੱਡਤੇ, ਆ ਕੇ ਇਸੇ ਬਚਨ ਬੋਲੇ, ਕਿਉਂਕਿ ਬੰਦਗੀ ਕਰਨ ਵਾਲੇ ਸਨ ਇਹ, ਉਹਨਾਂ ਦੇ ਬਚਨ ਜਿਹੜੇ ਬੰਦਗੀ ਕਰਦੇ ਨੇ। ਅਤੇ ਕਹਿੰਦੇ ਉਦੋਂ ਇਤਿਹਾਸਕਾਰ ਦੱਸਦੇ ਨੇ, ਕਹਿੰਦੇ ਇਹ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਗੱਲ ਦਰਸ਼ਨ ਕੀਤੇ ਸੀ ਅਕਾਲੀ ਫੂਲਾ ਸਿੰਘ ਜੀ ਦੇ, ਦਰਸ਼ਨ ਕਰਨ ਦੇ ਨਾਲ ਘਾਇਲ ਹੋ ਗਿਆ, ਮਨ ਨੂੰ ਭਾ ਗਿਆ, ਅਤੇ ਫਿਰ ਉਸ ਤੋਂ ਬਾਅਦ ਬਾਬਾ ਨੈਣਾ ਸਿੰਘ ਜੀ ਨਰਾਇਣ ਸਿੰਘ ਵੀ ਕਹਿੰਦੇ ਨੇ ਜਥੇਦਾਰ ਸੀ ਨਾ, ਫਿਰ ਇਹਨਾਂ ਨੂੰ ਦਿੱਤੀ ਸੀ ਜਥੇਦਾਰੀ, ਛੇਵੇਂ ਜਥੇਦਾਰ ਸਨ ਅਕਾਲ ਤਖਤ ਸਾਹਿਬ ਦੇ ਬਾਬੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ, ਬਾਬਾ ਨਰਾਇਣ ਸਿੰਘ ਜੀ, ਨੈਣਾ ਸਿੰਘ ਵੀ ਕਹਿੰਦੇ ਨੇ, ਅਸਲ ਨੈਣਾ ਸਿੰਘ ਫਿਰ ਨਰਾਇਣ ਸਿੰਘ ਨਾਮ ਵੀ ਹੈ। ਫਿਰ ਇਹਨਾਂ ਨੂੰ ਜਥੇਦਾਰੀ ਦਿੱਤੀ, ਪੰਜਵਾਂ ਕਿਤਾਬ ਦਿੱਤਾ ਗਿਆ, ਅਤੇ ਫਿਰ ਕਹਿੰਦੇ ਇੱਕ ਗਿੱਲ ਐਸੇ ਸਨ ਨਾ, ਅਤੇ ਕਹਿੰਦੇ ਜਿਹੜੀ ਗੱਲ ਕਹਿਣੀ ਹੁੰਦੀ ਸੀ ਜਥੇਦਾਰ ਨੇ ਅਕਾਲੀ ਫੂਲਾ ਸਿੰਘ ਜੀ ਨੇ, ਅਤੇ ਡਰਦੇ ਨਹੀਂ ਸੀ। ਇੱਕ ਗਿੱਲ ਅੰਗਰੇਜ਼ ਆਏ ਹੋਏ ਸਨ, ਜਥੇਦਾਰੀ ਮਿਲ ਗਈ, ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਵਾਸਤੇ
ਕਿਉਂਕਿ ਚਾਬੀਆਂ ਸੋਮਵਤੀਆਂ ਦੀਆਂ, ਹਰੀ ਦਾ ਹਰੀ ਸਿੰਘ ਭੰਗੀ ਦੀ ਕੌਮ ਜਿਹੜੀ ਮਿਸਲ ਬਣੀ ਹੋਈ ਸੀ ਵੀ ਤੁਹਾਡਾ ਰਾਜ ਆ ਇੱਥੋਂ ਅੰਮ੍ਰਿਤਸਰ ਤੋਂ ਅੱਜ, ਅਤੇ ਉਹ ਅੰਗਰੇਜ਼ ਆਏ ਮਿਲਣ ਵਾਸਤੇ ਜਦੋਂ, ਅਤੇ ਨਾਲ ਉਹਨਾਂ ਦੇ ਮੁਸਲਮਾਨ ਵੀਰ ਦੇ ਫੌਜ ਵਿੱਚ, ਆਪਾਂ ਦੀਵਾਲੀ ਜਿਵੇਂ ਮਨਾਉਂਦੇ ਹਾਂ ਜਾਂ ਕੋਈ ਨਗਰ ਕੀਰਤਨ ਕੱਢਦੇ ਹਾਂ, ਉਹਨਾਂ ਦਾ ਕੋਈ ਸਮਾਗਮ ਸੀ ਜਿਹੜੇ ਨਾਲ ਸਿਪਾਹੀ ਸੀ, ਉਹਨਾਂ ਨੇ ਉੱਚੀ ਉੱਚੀ ਨਾ ਅਤੇ ਅੱਲਾਹੂ ਦੇ ਨਾਅਰੇ ਲਾਉਣੇ ਆਰੰਭ ਕਰਤੇ। ਇਤਿਹਾਸਕਾਰ ਇਹ ਵੀ ਦੱਸਦੇ ਨੇ ਵੀ ਆਪਣੇ ਪਿੰਡੇ 'ਤੇ ਜਿਵੇਂ ਸੰਗਲ ਮਾਰਦੇ, ਜਿਵੇਂ ਕੋਈ ਚੌਂਕੀਆਂ ਨਹੀਂ ਲਾਉਂਦੇ ਹੁੰਦੇ ਇੱਦਾਂ, ਅਤੇ ਉਹ ਸੰਗਲ ਵੀ ਮਾਰ ਰਹੇ ਨੇ ਅਤੇ ਉੱਚੀ ਉੱਚੀ ਅੱਲਾਹੂ ਦੇ ਨਾਅਰੇ ਲਾ ਰਹੇ ਨੇ। ਜਥੇਦਾਰ ਸਾਹਿਬ ਹਰਿਮੰਦਰ ਸਾਹਿਬ ਰਾਜਮਾਨ ਸਨ ਅਕਾਲ ਤਖ਼ਤ ਸਾਹਿਬ 'ਤੇ ਸਨ, ਤਾਂ ਹਰਿਮੰਦਰ ਸਾਹਿਬ ਦੇ ਲਾਗੇ ਜਦੋਂ ਉੱਚੀ ਉੱਚੀ ਆਵਾਜ਼ਾਂ ਸੁਣੀਆਂ ਨਾ ਸਿੰਘ ਭੇਜਦੇ ਜਥੇਦਾਰ ਸਾਹਿਬ ਨੇ, ਅਕਾਲੀ ਫੂਲਾ ਸਿੰਘ ਜੀ ਨੇ, ਜਾਓ ਕਹਿੰਦੇ ਭਾਈ ਇਹਨਾਂ ਨੂੰ ਕਹੋ ਵੀ ਹਰਿਮੰਦਰ ਸਾਹਿਬ ਦੇ ਲਾਗੇ ਨਾ ਤੁਸੀਂ ਉੱਚੀ ਆਵਾਜ਼ਾਂ ਦੇ ਵਿੱਚ ਨਾ ਇੰਨੇ ਨਾਅਰੇ ਲਾਓ, ਠੀਕ ਆ ਤੁਹਾਡਾ ਧਰਮ ਹੈ ਤੁਸੀਂ ਨਾਮ ਜਪੋ ਉਦੋਂ ਨਾ ਯਾਦ ਕਰੋ। ਜਥੇਦਾਰ ਕਹਿਣ ਲੱਗੇ ਅਤੇ ਤਿੰਨ ਸਿੰਘ ਚਲੇ ਗਏ। ਜਦੋਂ ਤਿੰਨ ਸਿੰਘ ਚਲੇ ਗਏ ਕਹਿੰਦੇ ਜਾ ਕੇ ਉਹਨਾਂ ਨੂੰ ਕਹਿਣਾ ਕੀਤਾ ਭਾਈ ਹਰਿਮੰਦਰ ਸਾਹਿਬ ਹਰ ਕੀਰਤਨ ਹੋ ਰਿਹਾ, ਬਾਣੀ ਦਾ ਜਾਪ ਹੋ ਰਿਹਾ, ਤੁਸੀਂ ਉੱਚੀ ਉੱਚੀ ਇੰਨੇ ਉੱਚੀ ਉੱਚੀ ਅੱਲਾਹ ਨੂੰ ਯਾਦ ਕਰਦੇ ਹੋ ਅਤੇ ਤੁਸੀਂ ਪਰਾਂ ਜਾ ਕੇ ਕਰ ਲਓ, ਤੁਹਾਨੂੰ ਰੁਕਾਵਟ ਨਹੀਂ ਹੈ ਕੋਈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਨੂੰ ਕੋਈ ਰੁਕਾਵਟ ਨਹੀਂ। ਅੱਜ ਦਾ ਸਮਾਂ ਦੇਖ ਲਓ ਕਿਹੋ ਜਿਹਾ, ਕੋਈ ਮੁਸਲਮਾਨ ਵੀਰ ਚਲੋ ਭਾਈ ਪੜ੍ਹਦਾ ਨਾ ਨਵਾਜ਼ ਕਿਤੇ, ਉੱਤੇ ਹਿੰਦੂ ਲੋਕ ਬੜੇ ਅਟੈਕ ਕਰਦੇ ਨੇ, ਕੁੱਟਦੇ ਮਾਰਦੇ ਵੀ ਨਹੀਂ, ਬਹੁਤ ਐਸੇ ਹਨ ਜਿਹੜੇ ਗੁਰਦੁਆਰਿਆਂ ਸਾਹਿਬ ਜਾ ਕੇ ਵੀ ਭਾਈ ਨਮਾਜ਼ਾਂ ਪੜ੍ਹਦੇ ਨੇ। ਇੱਕ ਆਪਣੇ ਵੀ ਉਰੇ ਆਉਂਦਾ ਹੁੰਦਾ ਭਾਈ ਮੁਸਲਮ ਵੀਰ, ਉਹ ਜੋ ਸ਼ਾਇਦ ਕੱਪੜੇ ਵੇਚਦਾ ਉਹ ਇੱਥੇ ਆ ਕੇ ਆਪਣੇ ਨਮਾਜ਼ ਕਈ ਵਾਰ ਪੜ੍ਹੀ ਆ ਉਹਨੇ, ਕਿਉਂਕਿ ਪੜ੍ਹ ਤਾਂ ਕਿਤੇ ਵੀ ਸਕਦਾ ਨਾਮ ਜਪ ਸਕਦਾ, ਪਰ ਉਹਨੇ ਮੁੱਖ ਸਮਝਿਆ ਵੀ ਇਹ ਅਸਥਾਨ ਆ ਜਿਹੜਾ ਭਾਈ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ, ਕਿਉਂਕਿ ਇੱਥੇ ਸਭ ਨੂੰ ਥਾਂ ਨਾ ਖੱਤਰੀ ਬ੍ਰਾਹਮਣ ਸੂਦ ਵੈਸ ਇੱਥੇ ਕੋਈ ਵੀ ਆ ਸਕਦਾ ਹੈ। ਪਰ ਇੱਕ ਗੱਲ ਦਾ ਧਿਆਨ ਰੱਖਿਓ ਭਾਈ, ਮੁਸਲਮਾਨ ਜਿਹੜੇ ਹੁਣ ਆਪਣੇ ਕਸ਼ਮੀਰੀ ਪੰਡਿਤ ਆਉਂਦੇ ਨੇ ਨਗਰਾਂ ਦੇ ਵਿੱਚ, ਕਦੇ ਆ ਕੇ ਦਰਬਾਰ ਸਾਹਿਬ 'ਚ ਮੱਥਾ ਨਹੀਂ ਟੇਕਣਗੇ, ਕਦੇ ਵੀ ਦੇਖ ਲਿਓ ਕਦੇ ਕਿਤੇ ਵੀ ਨਗਰਾਂ ਵਿੱਚ ਜਾਂਦੇ ਨੇ, ਪਰ ਇਹ ਅੱਲਾਹ ਨੂੰ ਇਹ ਮੰਨਦੇ ਨੇ, ਇੱਕ ਨੂੰ ਮੰਨਦੇ ਨੇ। ਪਰ ਸਾਡੇ ਵਾਲਾ ਸਿੱਖ ਟੋਲਾ ਦੇਖ ਲਓ ਕਿਤੇ ਛੱਡਦਾ ਕੋਈ ਥਾਂ ਨਹੀਂ, ਜਿੱਥੇ ਹਰਾ ਝੰਡਾ ਲੱਗਿਆ ਹੋਇਆ ਕਿਤੇ ਮਸੀਤ ਬਣੀ ਹੋਈ ਹੈ, ਅਸੀਂ ਸਭ ਤੋਂ ਪਹਿਲਾਂ ਬੈਠੇ ਹੁੰਦੇ, ਇਹ ਨਹੀਂ ਪਤਾ ਵੀ ਕਿਰਪਾਨਾਂ ਵੀ ਉੱਪਰ ਦੀ ਪਾਈਆਂ ਹੋਣ, ਸਾਡਾ ਹਾਲ ਇਹ ਹੈ। ਪਰ ਇੱਕ ਅੱਲਾਹ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ, ਰਹੋ ਵਿਚਾਰ। ਅਤੇ ਜਦੋਂ ਇਹ ਗੱਲ ਕਹਿਣਾ ਕੀਤਾ, ਹੁਣ ਹੰਕਾਰੇ ਹੋਏ ਸੀ, ਤਾਂ ਅੰਗਰੇਜ਼ ਰਾਜ ਵਿੱਚ ਉਹਨਾਂ ਦੀ ਭਾਵ ਨੌਕਰੀ ਸੀ, ਅੰਗਰੇਜ਼ ਨਾਲ ਆਏ ਹੋਏ ਸੀ, ਫਿਰ ਮੁਲਾਕਾਤ ਕਰਨ ਮਹਾਰਾਜਾ ਰਣਜੀਤ ਸਿੰਘ ਨਾਲ ਆਏ ਹੋਏ ਸੀ, ਅਤੇ ਕਹਿੰਦੇ ਉਹਨਾਂ ਨੇ ਅਪਸ਼ਬਦ ਬੋਲਣੇ ਸ਼ੁਰੂ ਕਰਤੇ, ਆਪ ਜੀ ਹੱਥੋਂ ਪਾਈ ਹੋ ਗਏ। ਜਦੋਂ ਹੱਥੋਂ ਪਾਈ ਹੋਏ ਨਾ, ਅਤੇ ਇੱਕ ਸਿੰਘ ਦੀ ਦਸਤਾਰ ਥੱਲੇ ਲੱਥ ਗਈ, ਬਸ ਦਸਤਾਰ ਲੱਥਣ ਦੇ ਨਾਲ ਫਿਰ ਪੈ ਗਈ ਝਪਟ। ਹੋਰ ਆ ਕੇ ਜਦੋਂ ਪਤਾ ਚੱਲਿਆ, ਕਹਿੰਦੇ ਜੀ ਜਥੇਦਾਰ ਨੂੰ ਦੱਸਣਾ ਕੀਤਾ ਵੀ ਇੱਕ ਸਿੰਘ ਦੀ ਦਸਤਾਰ ਲੱਥ ਗਈ, ਫਿਰ ਜਥੇਦਾਰ ਨੇ ਸਿੰਘ ਖੜ੍ਹੇ ਹੋਏ ਹੋਰ ਭੇਜੇ ਨਾਲ, ਜਾਓ ਕਹਿੰਦੇ ਜਾ ਕੇ। ਫਿਰ ਉੱਥੇ ਚੰਗਾ ਕੁਟਾਪਾ ਹੋਇਆ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆ ਕੇ ਬੇਨਤੀ ਕੀਤੀ, ਜਥੇਦਾਰ ਸਾਹਿਬ ਤੁਸੀਂ ਕਹਿੰਦੇ ਜਿਹੜੀ ਆ ਲੜਾਈ ਹੋ ਰਹੀ ਨੂੰ ਰੋਕੋ, ਕਹਿੰਦੇ ਅਸੀਂ ਸਭ ਕੁਝ ਜਰ ਲਵਾਂਗੇ, ਇੱਕ ਤਾਂ ਹਰਿਮੰਦਰ ਸਾਹਿਬ ਦੀ ਜਿਹੜੀ ਸ਼ਾਨ ਦੇ ਖਿਲਾਫ਼ ਕੋਈ ਗੱਲ ਕਰੇ ਉਹ ਨਹੀਂ ਜਰ ਸਕਦੇ, ਇੱਕ ਸਾਡੇ ਸਿੰਘ ਦੀ ਕਿਸੇ ਦੀ ਪੱਥ ਲੱਥੀ ਜਾਵੇ, ਦਸਤਾਰ ਲੱਥੀ ਜਾਵੇ, ਉਹ ਨਹੀਂ ਜਰ ਸਕਦੇ। ਇਹਨਾਂ ਨੂੰ ਸਮਝਾ, ਜੇ ਇਹਨਾਂ ਨਾਲ ਮੁਲਾਕਾਤਾਂ ਕਰਨੀਆਂ ਨੇ ਨਾ,
ਇਹਨਾਂ ਨੂੰ ਸਮਝਾ ਕੇ ਅਕਾਲ ਤਖ਼ਤ ਸਾਹਿਬ ਦੇ ਲਵੇ, ਹਰਿਮੰਦਰ ਸਾਹਿਬ ਦੇ ਲਵੇ, ਇਹ ਅੱਲਾਹੂ ਦੇ ਨਾਰੇ ਨਾਲ ਲਾਉਣ, ਅੱਲਾਹ ਨੂੰ ਯਾਦ ਕਰਨ ਸੀ। ਇਹ ਨਹੀਂ ਕਹਿੰਦੇ ਵੀ ਨਾ ਕਰੋ, ਉਦੋਂ ਤੋਂ ਧਿਆਨ ਰੱਖੇ ਹੁਣ ਗੱਲ ਆ, ਉਦੋਂ ਤੋਂ ਹਰਿਮੰਦਰ ਸਾਹਿਬ ਦੇ ਲਾਗੇ ਕਾਨੂੰਨ ਬਣਾਤਾ ਦੀ ਜਥੇਦਾਰ ਸਾਹਿਬ ਨੇ ਵੀ ਕੋਈ ਵੀ ਜਲੂਸ, ਆਪਾਂ ਨਗਰ ਕੀਰਤਨ ਕਹਿ ਦਿੰਦੇ ਹਾਂ ਵੀ ਕਿਸੇ ਤਰ੍ਹਾਂ ਦਾ ਵੀ ਜਲੂਸ ਨਹੀਂ ਕੱਢਿਆ ਜਾਵੇਗਾ। ਹੁਣ ਇਹ ਗੱਲ ਨੂੰ ਅੱਗੇ ਆ ਜਾਓ ਆਪਾਂ ਲੈ ਕੇ, ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਨ ਜਾਂ ਨਿਰੰਕਾਰੀਆ ਸੀ, ਉਹਨੂੰ ਸਰਕਾਰ ਦੀ ਸਹਿਤੀ ਨਗਨ ਕੀਰਤਨ ਕੱਢਣਾ ਸੀ, ਗੁਰੂ ਸਾਹਿਬ ਦੇ ਸਿੰਘਾਂ ਨੇ ਸਮਾਗਮ ਸੀ ਕੋਈ ਗੁਰੂ ਸਾਹਿਬ ਦਾ, ਗੁਰਪੁਰਬ ਸੀ, ਬਾਬਾ ਜਰਨੈਲ ਸਿੰਘ ਜੀ ਨੇ ਦਿੱਲੀ ਦੀ ਸਹਿਤ ਨਿਰੰਕਾਰੀਏ ਨੇ ਕਹਿਣਾ ਕੀਤਾ ਸੀ ਵੀ ਮੈਂ ਹਰਿਮੰਦਰ ਸਾਹਿਬ ਤੋਂ ਲਾਗੋਂ ਦੀ ਲੈ ਕੇ ਜਾਵਾਂਗਾ ਆਪਣਾ ਨਗਰ ਕੀਰਤਨ, ਆਪ ਪਾਲਕੀ ਦੇ ਵਿੱਚ ਬਹਿ ਕੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਵਹਾਉਣਗੇ, ਮੈਂ ਆਪ ਬੈਠਾਂਗਾ। ਜਾਣੀ ਕਿ ਬਰਾਬਰਤਾ ਆ ਗਈ। ਫਿਰ ਨਿਰੰਕਾਰੀਏ ਲਵੇ ਸਿੰਘ ਭੇਜੇ ਸੀ 13 ਵੀ ਜਾ ਕੇ ਸਮਝਾਓ ਭਾਈ, ਕਹਿਣਾ ਕੁਝ ਨਹੀਂ ਵੀ ਤੁਸੀਂ ਏਦਾਂ ਨਾ ਕਰੋ, ਵੀ ਇਹ ਬਹੁਤ ਸਮੇਂ ਤੋਂ ਪਹਿਲਾਂ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਇਹ ਹਦਾਇਤ ਹੋਈ ਹੋਈ ਆ, ਮਹਾਰਾਜ ਰਣਜੀਤ ਸਿੰਘ ਨੇ ਇਹ ਹੁਕਮ ਕਰਤਾ ਸੀ ਵੀ ਕੋਈ ਵੀ ਹਰਿਮੰਦਰ ਸਾਹਿਬ ਲਵੋਂ ਦੀ, ਜਿਵੇਂ ਆਪਣੇ ਬਾਹਰ ਲਿਖਾਇਆ ਪ੍ਰਧਾਨ ਜੀ ਨੇ ਵੀ ਭਾਈ ਗੁਰੂ ਸਾਹਿਬ ਦੇ ਸਨਮੁੱਖ ਆ ਕੇ ਇੱਥੇ ਕੋਈ ਉੱਚੀ ਸਾਊਂਡ ਨਾ ਲਾਵੇ, ਗੰਦੇ ਗੀਤ ਨਾ ਲਾਵੇ, ਇਹ ਲਿਖਾਇਆ ਆਪਣੇ ਕੰਧ 'ਤੇ ਬਾਹਰ ਪ੍ਰਧਾਨ ਜੀ ਨੇ, ਹੈ ਵੀ ਗਲਤ ਹੈ। ਅਤੇ ਬਹੁਤ ਜਿਹੜੇ ਸਿਆਣੇ ਨੇ ਉਹ ਭਾਈ ਆਵਾਜ਼ ਬੰਦ ਵੀ ਕਰ ਲੈਂਦੇ ਨੇ, ਜਿਹੜੇ ਨਹੀਂ ਭਾਈ ਬਦਮਾਗਦੇ ਨਹੀਂ ਹਟਦੇ, ਜਿਨ੍ਹਾਂ ਨੂੰ ਰੱਬ ਨਹੀਂ ਯਾਦ ਹੈ। ਅਤੇ ਉਹ ਕਹਿੰਦੇ ਹੁਕਮ ਜਾਰੀ ਹੋਇਆ, ਇਹ ਨਾ ਮੰਨਿਆ ਅਤੇ ਜਦੋਂ ਸਿੰਘ ਭੇਜੇ 13 ਨਾ, 13 ਦੇ 13 ਸਿੰਘ ਉਹਨੇ ਸ਼ਹੀਦ ਕਰਦੇ ਸੀ, ਗੋਲੀਆਂ ਮਾਰੀਆਂ ਸੀ। ਫਿਰ ਉਹ ਸਰਕਾਰ ਦੀ ਸਹਿਤੀ, ਸਰਕਾਰ ਕਿਹਦੀ ਸੀ ਜਦੋਂ? ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਕਿਉਂਕਿ ਪਿੱਠੂ ਸੀ ਇਹਨਾਂ ਦਾ। ਚਲੋ ਰਹੋ ਵਿਚਾਰ, ਆਪਣਾ ਇਹ ਵਿਸ਼ਾ ਨਹੀਂ ਹੈ, ਤੂਕ ਮਾਤਰ ਦੱਸ ਲੈ ਵੀ ਉਦੋਂ ਤੋਂ ਇਹ ਲਾਗੂ ਹੋਇਆ ਹੋਇਆ ਸੀ। ਮਹਾਰਾਜ ਰਣਜੀਤ ਸਿੰਘ ਨੇ ਕਹਿਤਾ ਸੀ ਵੀ ਇੱਥੋਂ ਦੀ ਹਰਿਮੰਦਰ ਸਾਹਿਬ ਦੇ ਲਵੋਂ ਦੀ ਕੋਈ ਵੀ ਜਲੂਸ ਨਹੀਂ ਕੱਢਿਆ ਜਾਵੇਗਾ। ਜੇ ਨਗਰ ਕੀਰਤਨ ਕੋਈ ਅੱਗੇ ਜਲੂਸ ਕਹਿੰਦੇ ਹੁੰਦੇ ਸੀ, ਕੱਢਣਾ ਤਾਂ ਗੁਰਪੁਰਬਾਂ ਦੇ ਕੱਢਣੇ ਨੇ। ਅਤੇ ਹੁਣ ਉਦੋਂ ਫਿਰ ਸਮਝਾਇਆ ਗਿਆ, ਅਤੇ ਫਿਰ ਉਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਕਹੀਤੀ ਸੀ, ਕਹਿੰਦੇ ਡੋਗਰਿਆਂ ਦੇ ਪਿੱਠੂਆ ਸਿੱਧਾ ਬੋਲਦੇ ਸੀ ਰਣਜੀਤ ਸਿੰਘ ਰਾਜੇ ਨੂੰ, ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਦੀ, ਕਹਿੰਦੇ ਤੂੰ ਤਿੰਨ ਗੱਲਾਂ ਨਹੀਂ ਮੰਨੀਆਂ ਸੀ ਉਹਨੇ, ਇੱਕ ਡੋਗਰਿਆਂ ਦੀ ਗੱਲ ਅੰਗਰੇਜ਼ਾਂ ਦਾ ਸਾਥ ਸਾਧ ਦੇ, ਇੱਕ ਡੋਗਰਿਆਂ ਦਾ ਸਾਥ ਛੱਡ ਦੇ, ਇੱਕ ਗੱਲ ਹੋਰ ਕਹੀ ਸੀ, ਕਹਿੰਦੇ ਤੈਨੂੰ ਇਹ ਲੈ ਬੈਠਣਗੇ, ਤੇਰੇ ਪੁੱਤਰਾਂ ਨਾਲ ਵੀ ਤੈਨੂੰ ਵੱਖ ਕਰ ਦੇਣਗੇ। ਉਹ ਤਿੰਨ ਗੱਲਾਂ ਨਹੀਂ ਮੰਨੀਆਂ ਸੀ, ਤਿੰਨ ਗੱਲਾਂ ਨਾ ਮੰਨੀਆਂ। ਜਥੇਦਾਰ ਸਾਹਿਬ ਅਨੰਦਪੁਰ ਸਾਹਿਬ ਆ ਗਏ ਸੀ, ਫਿਰ ਉਸ ਤੋਂ ਬਾਅਦ ਹਰਿਮੰਦਰ ਸਾਹਿਬ ਤੋਂ ਅਨੰਦਪੁਰ ਸਾਹਿਬ ਚਲੇ ਗਏ ਸੀ। ਅਤੇ ਹੁਣ ਉਹ ਜੇ ਆਪਾਂ ਕਹੀਏ ਵਿਚਾਰ ਕਰੀਏ ਤਾਂ ਤਿੰਨੇ ਗੱਲਾਂ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ ਬਹਿ ਗਈਆਂ ਸੀ। ਰਹੋ ਵਿਚਾਰ ਅੱਗੇ ਚੱਲਦੇ ਹੁਣ ਆਪਾਂ, ਅਤੇ ਕਹਿੰਦੇ ਹੁਣ ਜਦੋਂ ਜਥੇਦਾਰ ਅਨੰਦਪੁਰ ਸਾਹਿਬ ਆ ਗਏ ਅਤੇ ਇੱਥੇ ਵੀ ਕਬਜ਼ਾ ਕਰ ਲਿਆ, ਹੁਣ ਗਾਹਾਂ ਇਹਨਾਂ ਨੇ ਮੁਲਤਾਨ ਅਤੇ ਕਿਲ੍ਹੇ 'ਤੇ ਭਾਵ ਕਬਜ਼ਾ ਕਰਨਾ ਸੀ ਜਥੇਦਾਰ ਰਾਜਾ ਰਣਜੀਤ ਸਿੰਘ ਜੀ ਨੇ। ਹੁਣ ਉਹ ਕਿਲ੍ਹਾ ਸੀ ਜਿਹੜਾ ਮੁਲਤਾਨ ਦਾ ਜਥੇਦਾਰ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਇਤਿਹਾਸਕਾਰ ਜਿਹਦੇ ਨੇ ਗੱਲਾਂ ਤਾਂ ਤਿੰਨ ਇਹ ਕਹੀਆਂ ਅਤੇ ਤਾਂ ਅਨੰਦਪੁਰ ਸਾਹਿਬ ਆ ਗਏ ਅਤੇ ਲੋਕਾਂ ਨੇ ਗੱਲ ਕਰਤੀ ਸੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅਨਬਨ ਹੋ ਗਈ, ਜਥੇਦਾਰ ਸਾਹਿਬ ਦੀ ਆਪਸ ਵਿੱਚ ਖੇਬੜ ਵੇ ਤਾਂ ਬਾਗੇ ਨਹੀਂ, ਆਹ ਗੱਲਾਂ ਸੀ, ਲੜੇ ਨਹੀਂ ਸੀ, ਮੰਨਣ ਨਾ ਮੰਨਣ ਕਰਕੇ ਗੱਲ। ਜਿਵੇਂ ਆਪਾਂ ਕਹਿੰਦੇ ਤੂੰ ਮੇਰੀ ਗੱਲ ਨਹੀਂ ਮੰਨਦਾ ਭਾਈ ਮੈਂ ਤੇ ਤੁਹਾਨੂੰ ਲਾ ਜਾ। ਅਤੇ ਫਿਰ ਜਦੋਂ ਇਹ ਮੁਲਤਾਨ ਦਾ ਕਿਲ੍ਹਾ ਨਾ ਇਹਨਾਂ ਨੇ
ਕਰਨਾ ਸੀ, ਕਬਜ਼ਾ ਕਰਨਾ ਸੀ ਮੁਲਤਾਨ ਤੇ। ਇਹਨੇ ਫੌਜਾਂ ਭੇਜੀਆਂ ਮੁਲਤਾਨ ਦਾ, ਜਿਹੜਾ ਮੁਜ਼ੱਫਰ ਖਾਨ ਸੀ ਨਾਮ ਉਹਦਾ, ਤੇ ਬੜਾ ਉਹ ਵੀ ਯੋਧਾ ਸੀ, ਚਾਰ ਪੁੱਤਰ ਸਨ ਉਹਦੇ। ਤੇ ਕਹਿੰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਫੌਜ ਭੇਜਦਾ ਨਾ, ਤੇ ਉਹ ਦੇਖ ਲੈਂਦਾ ਵੀ ਜਾ ਕੇ, ਫਿਰ ਕਹਿ ਦਿੰਦਾ ਵੀ ਮੈਂ ਤੁਹਾਨੂੰ ਟੈਕਸ ਵੀ ਦਿਆ ਕਰਾਂਗਾ ਤੇ ਤੁਹਾਡੀ ਗੱਲ ਵੀ ਮੰਨਿਆ ਕਰਾਂਗਾ। ਤਿੰਨ ਗੇਲ ਇੱਦਾਂ ਹੀ ਹੋਇਆ। ਜਦੋਂ ਫੌਜ ਜਾਇਆ ਕਰੇ ਤੇ ਫੌਜ ਨੂੰ ਕਹਿ ਦਿਆ ਕਰੇ ਵਿੱਚ ਬੰਦੇ ਪਾ ਕੇ ਵੀ ਮੈਂ ਟੈਕਸ ਵੀ ਦਿਆ ਕਰਾਂਗਾ ਰਾਜੇ ਨੂੰ ਤੇ ਗੱਲ ਵੀ ਮੰਨਿਆ ਕਰਾਂਗੇ। ਕਹਿ ਲਈਏ ਜਿਵੇਂ ਭਾਈ ਬਹਿਰੂਪੀ ਆ, ਜਦੋਂ ਸਾਡੇ 'ਤੇ ਪੈਂਦੀ ਹੈ ਵਿਪਤਾ ਫਿਰ ਅਸੀਂ ਇਹਨੂੰ ਯਾਦ ਕਰ ਲੈਂਦੇ ਹਾਂ। ਤੇ ਹੁਣ ਕਹਿਣ ਲੱਗਿਆ ਮਹਾਰਾਜਾ ਰਣਜੀਤ ਸਿੰਘ ਵੀ ਤਿੰਨ ਗੇਲੇ ਗੱਲ ਹੋ ਗਈ ਵੀ ਇੱਦਾਂ ਨਹੀਂ ਮੰਨਦਾ ਇਹ। ਤੇ ਕਹਿੰਦੇ ਕਿਲ੍ਹਾ ਤਾਂ ਫਤਿਹ ਕਰਨਾ ਪਵੇਗਾ। ਫਿਰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨੂੰ ਯਾਦ ਕੀਤਾ ਤੇ ਆ ਗਏ ਜਥੇਦਾਰ ਸਾਹਿਬ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਆ ਗਏ। ਹੁਣ ਤਿੰਨ ਗੇਲ ਜਦੋਂ ਫੌਜਾਂ ਜਾਈ ਆਈਆਂ, ਫਿਰ ਆ ਕੇ ਨਮਸਕਾਰ ਕਰਨ ਆਇਆ ਮਹਾਰਾਜਾ ਰਣਜੀਤ ਸਿੰਘ ਹਰਿਮੰਦਰ ਸਾਹਿਬ, ਜਿਹੜੀ ਹੁਣ ਫੌਜ ਲੈ ਕੇ ਜਾਣੀ ਸੀ ਬਾਅਦ ਦੇ ਵਿੱਚ। ਕਹਿੰਦੇ ਜਥੇਦਾਰ ਨੂੰ ਜਦੋਂ ਸਾਹਮਣੇ ਆਉਂਦਾ ਦੇਖਿਆ ਨਾ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਤੇ ਆ ਕੇ ਸਿੱਧਾ ਮਹਾਰਾਜ ਨੂੰ ਬੋਲਿਆ, ਮਹਾਰਾਜ ਰਣਜੀਤ ਸਿੰਘ ਨੂੰ ਬੋਲੇ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਜੀ, ਕਹਿੰਦੇ ਡੋਗਰਿਆਂ ਦੇ ਪਿੱਠੂਆ ਆ ਗਿਆ, ਹੁਣ ਮੂੰਹ ਲਮਕਾ ਕੇ ਏਦਾਂ ਬੋਲੇ ਸੀ, ਹੁਣ ਗੁਰੂ ਚਰਨਾਂ ਵਿੱਚ ਆ ਗਿਆ, ਤੂੰ ਨਮਸਕਾਰ ਕਰਨ ਆ ਗਿਆ, ਅਰਦਾਸ ਬੇਨਤੀ ਕਰਨ ਆ ਗਿਆ। ਜਥੇਦਾਰ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਖੜ ਗਿਆ, ਜਥੇਦਾਰ ਸਾਹਿਬ ਇਹ ਜਿਹੜਾ ਮੁਲਤਾਨ ਦਾ ਕਿਲ੍ਹਾ ਨਾ, ਤੁਹਾਤੋਂ ਬਿਨਾਂ ਨਹੀਂ ਅਸੀਂ ਜਿੱਤ ਸਕਦੇ, ਇਹ ਤੁਹਾਡੀ ਕਿਰਪਾ ਨਾਲ ਜਿੱਤਾਂਗੇ, ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਜਿੱਤ ਸਕਦੇ ਹਾਂ। ਚਲੋ ਫਿਰ ਕਹਿੰਦੇ, ਤੇ ਕਹਿੰਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਫਿਰ ਗਏ, ਇਹ ਤੇ ਫੌਜਾਂ ਭੇਜੀਆਂ ਹੋਈਆਂ ਸੀਗੀਆਂ। ਤੇ ਕਹਿੰਦੇ ਜਥੇਦਾਰ ਕਹਿਣ ਲੱਗੇ ਅਕਾਲੀਆਂ ਤੋਂ ਬਿਨਾਂ ਨਹੀਂ ਜਿੱਤੇ ਜਾਣਾ। ਮੁਲਤਾਨ ਤੇ ਜਦੋਂ ਗਏ ਨਾ ਜਥੇਦਾਰ ਸਾਹਿਬ ਘੋੜੇ ਲੈ ਕੇ ਸਵਾਰ ਹੋ ਕੇ, ਤੇ 3000 ਸਨ, 1800 ਘੋੜਾ ਘੋੜ ਸਵਾਰ ਸੀ ਜਥੇਦਾਰ ਸਾਹਿਬ ਨਾਲ, 1200 ਪੈਦਲ ਸਿੰਘ ਸਨ, ਨੇਜੇ ਬਰਛੇ ਕਿਰਪਾਨਾਂ। ਅਤੇ ਮਹਾਰਾਜ ਰਣਜੀਤ ਸਿੰਘ ਦੇ ਪਹਿਲਾਂ ਉੱਥੇ ਫੌਜ ਗਈ ਹੋਈ ਸੀ, ਉਹਨਾਂ ਲਵੇ ਬੰਦੂਕਾਂ ਤੋਪਾਂ ਜਮ ਜਿਹੜੀ ਤੋਪ ਸੀ ਉਹ ਵੀ ਸੀ। ਜਦੋਂ ਕਹਿੰਦੇ ਮੁਲਤਾਨ ਲਵੇ ਪਹੁੰਚੇ ਜਾਂ ਉੱਥੇ ਮਹਾਰਾਜ ਰਣਜੀਤ ਸਿੰਘ ਦਾ ਪੁੱਤਰ ਕਹਿਣ ਲੱਗਿਆ, ਜੀ ਤੁਸੀਂ ਅੱਜ ਨਾ ਘੋੜਿਆਂ 'ਤੇ ਆਏ ਹੋ, ਸਫ਼ਰ ਕਰਕੇ ਆਏ ਹੋ, ਅੱਜ ਤੁਸੀਂ ਆਰਾਮ ਕਰੋ ਅਤੇ ਕੱਲ੍ਹ ਨੂੰ ਜੰਗ ਕਰਾਂਗੇ, ਅੱਜ ਤੁਸੀਂ ਆਰਾਮ ਕਰ ਲਓ। ਜਥੇਦਾਰ ਕਹਿਣ ਲੱਗੇ ਆਰਾਮ ਵਾਲਾ ਸਮਾਂ ਨਹੀਂ, ਹੁਣ ਇਹ ਕਿਲ੍ਹਾ ਨਾ ਅੱਜ ਹੀ ਫਤਿਹ ਕਰਨਾ ਹੈ, ਨਾ ਮੰਨੇ। ਹੁਣ ਅਰਦਾਸ ਸੋਧ ਕੇ ਗਏ ਸੀ ਕਿਉਂਕਿ ਬਚਨ ਕਰੇ ਖਿਸਕ ਜਾਏ ਸੋਈ ਨਰ ਕੱਚਾ, ਜੇ ਹੁਣ ਆਪਾਂ ਕਈ ਵਾਰ ਅਰਦਾਸ ਕਰ ਦਈਏ ਨਾ ਉਹ ਗੱਲ 'ਤੇ ਨਾ ਖੜੀਏ, ਫਿਰ ਆਪਾਂ ਮਹਾਰਾਜ ਕਹਿੰਦੇ ਨੇ ਸੋਈ ਨਰ ਕੱਚਾ, ਉਹ ਮਹਾਰਾਜ ਕਹਿੰਦੇ ਕੱਚਾ ਨਰ ਹੈ, ਉਹ ਕਹਿੰਦੇ ਵਧੀਆ ਨਹੀਂ ਹੈ। ਜਿਵੇਂ ਆਮ ਸਿਆਣੇ ਵੀ ਕਹਿੰਦੇ ਨੇ ਭਾਈ ਕਿੱਦਾਂ ਭਾਈ ਇਹਦੀ ਕੀ ਜਵਾਨ ਆ, ਜਵਾਨ ਕਰਕੇ ਮੁੱਕੜ ਗਿਆ। ਅਤੇ ਜਥੇਦਾਰ ਨੇ ਕਹਿੰਦੇ ਜਦੋਂ ਗਏ ਨਾ ਮੁਲਤਾਨ ਦੇ ਕਿਲ੍ਹੇ 'ਤੇ, ਅੱਗੇ ਕਿਲ੍ਹਿਆਂ ਦੇ ਵਿੱਚ ਤਾਂ ਕੰਧਾਂ ਮਾਰੀਆਂ ਹੁੰਦੀਆਂ ਸੀ ਪਹਿਲਾਂ, ਹੁਣ ਜੇ ਆਪਾਂ ਕਈ ਵਾਰ ਕੋਈ ਜਿਹੜੇ ਜੈਪੁਰ ਗਏ ਹੋਏ ਨੇ ਉੱਥੇ ਕਿਲ੍ਹੇ ਬਣੇ ਹੋਏ ਨੇ, ਅੱਗੇ ਨਗਰਾਂ ਦੇ ਦਰਵਾਜ਼ੇ ਹੁੰਦੇ ਸੀ, ਕੰਧਾਂ ਵੀ ਹੁੰਦੀਆਂ ਸੀ, ਪੁਰਾਤਨ ਗੱਲਾਂ ਨੇ ਇਹ, ਉਹ ਤਾਂ ਖਤਮ ਹੋ ਗਏ ਵਿਰਸੇ, ਜੈਪੁਰ ਹੈ। ਅਤੇ ਉਹ ਕੰਧਾਂ ਨੂੰ ਕਹਿੰਦੇ ਜਦੋਂ ਪਾੜਿਆ ਗਿਆ ਨਾ ਅਤੇ ਗੋਲੇ ਮਾਰ ਮਾਰ ਕੇ, ਅਤੇ
ਉਹ ਕੰਧ ਫਤਿਹ ਕਰੀ। ਜਿਹੜਾ ਅੰਦਰ ਕਿਲ੍ਹਾ ਸੀ ਮੁਜ਼ੱਫਰ ਖਾਨ ਦਾ, ਉਹ ਬੜਾ ਤਕੜਾ ਕਿਲ੍ਹਾ ਸੀ, ਅੱਜ ਵੀ ਹੈ ਉਹ ਭਾਈ ਮੁਲਤਾਨ ਦੇ ਵਿੱਚ ਜਾ ਕੇ ਕਿਹੜੇ ਕੋਈ ਜਾਵੇ ਦਰਸ਼ਨ ਕਰੇ। ਬੜੇ ਤਕੜੇ ਕਿਲ੍ਹੇ ਹੁੰਦੇ ਸੀ, ਕੰਧਾਂ ਬੜੀਆਂ ਮੋਟੀਆਂ ਸੀ। ਜਿਵੇਂ ਹੁਣ ਆਪਣਾ ਜੇਲ੍ਹਾਂ ਬਣਾਈ ਜਾਂਦੇ ਨੇ, ਜੇਲ੍ਹਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਮੋਟੀਆਂ ਕੰਧਾਂ ਹੁੰਦੀਆਂ ਨੇ, ਘੱਟੋ ਘੱਟ 3-4 ਫੁੱਟ ਦੀਆਂ। ਹੁਣ ਉਹ ਕਿਵੇਂ ਫੁੱਟਣਗੀਆਂ? ਹੁਣ ਕਹਿੰਦੇ ਨਾ ਜਦੋਂ ਉਹ ਕੰਧ ਤੋੜਨੀ ਹੈ ਤੇ ਉਹ ਕੰਧ ਤੋੜਨ ਲੱਗੇ ਬੜੇ ਗੋਲੇ ਚਲਾਏ ਨਾ ਚੱਲੇ, ਕਹਿੰਦੇ ਉਹ ਤੋਪ ਲੈ ਕੇ ਆਓ ਭਾਈ, ਜਿਹੜੀ ਜਮ ਕਹਿੰਦੇ ਤੋਪ ਹੈ, ਜਿਹੜੀ ਭੰਗੀ ਮਿਸਲ ਨੇ ਖੋਹੀ ਸੀ ਨਾ ਅਬਦੁਲ ਤੋਂ, ਕਹਿੰਦੇ ਦਰਾਨੀ ਤੋਂ, ਤੇ ਉਹ ਕਹਿੰਦੇ ਤੋਪ ਲੈ ਕੇ ਆਓ। ਜਦੋਂ ਤੋਪ ਲੈ ਕੇ ਆਏ ਨਾ, ਉਹਦਾ ਕਹਿੰਦੇ ਇੱਕ ਪਹੀਆ ਟੁੱਟ ਗਿਆ, ਇੱਕ ਖੁਫੀਆ ਛੱਡਿਆ ਹੋਇਆ ਸੀ ਮੁਜ਼ੱਫਰ ਖਾਨ ਦਾ ਸਿੱਖਾਂ ਦੇ ਵਿੱਚ। ਇਹ ਟਾਊਟ ਵੀ ਛੱਡਦੇ ਨੇ, ਜਿਵੇਂ ਹੁਣ ਪਿਛਲੇ ਸਿੰਘਾਂ ਦੀ ਲਹਿਰ ਚੱਲੀ ਸੀ ਨਾ, ਬੜੇ ਟਾਊਟ ਛੱਡੇ ਸੀ ਭਾਈ ਸਰਕਾਰ ਨੇ ਇਹਦੇ ਵਿੱਚ। ਤਾਂ ਹੀ ਉਹ ਕੌਮ ਕਹਿ ਲਈਏ ਭਾਈ, ਕੌਮਾਂ ਜਦੋਂ ਫੇਲ ਹੁੰਦੀਆਂ ਦੇ ਵਿੱਚ ਟਾਊਟ ਵੜ ਜਾਂਦੇ ਨੇ। ਕੋਈ ਭੇਖੀ ਜਿਵੇਂ ਭੇਖ ਬਣ ਕੇ ਆ ਗਏ ਵਿੱਚ ਭਾਈ, ਸਾਰੀ ਸੂਹ ਦੇਣੀ ਸਰਕਾਰ ਨੂੰ। ਜਿਵੇਂ ਪਿਛਲੇ ਕਿਸਾਨ ਮੋਰਚੇ ਦੀ ਗੱਲ ਕਰੀ, ਉਹ ਮੈਂ ਨਾਂ ਝਿਜਕਾਂ ਗੱਲ ਕਹਿਣ ਲੱਗਿਆ, ਪੈਸੇ ਲੈ ਕੇ ਬੜੇ ਮੋਰਚੇ ਲਾਏ ਪਹਿਲਾਂ ਫਿਰ ਚੱਕ ਦਿੱਤੇ। ਅੱਜ ਵੀ ਇਹੀ ਕੰਮ ਹੋ ਰਿਹਾ ਹੈ, ਬੜੇ ਐਸੇ ਹਨ ਵਿਚਾਰੇ ਗਰੀਬ ਕਿਸਾਨ, ਪਿੱਛੇ ਜਿਹੜੇ ਧਰਨੇ ਲਾਉਣ ਵਾਲੇ ਨੇ, ਸ਼ਹੀਦੀਆਂ ਪਾਉਣ ਵਾਲੇ ਹਨ, ਮਜ਼ਦੂਰ ਹਨ, ਉਹਨਾਂ ਦੀਆਂ ਕੁਰਬਾਨੀਆਂ ਹੋ ਜਾਂਦੀਆਂ ਨੇ। ਪਰ ਕੋਈ ਦੇਖਿਆ ਜਿਹੜਾ ਕੋਈ ਮੁਖੀ ਆ, ਕੋਈ ਮੰਤਰੀ ਆ, ਕੋਈ MLA ਆ, ਵੀ ਕਿਸੇ ਨੇ ਸ਼ਹੀਦੀ ਪਾਤੀ ਹੋਵੇ? ਦੱਸਿਓ ਜ਼ਰੂਰ ਜੇ ਕੋਈ ਹੈ ਐਸਾ ਭਾਈ ਸ਼ਹੀਦੀ ਪਾਉਣ ਵਾਲਾ। ਪਰ ਮਰਨ ਵਾਲੇ ਪਿੱਛੇ ਜਿਹੜੇ ਕੰਮ ਕਰਦੇ ਨੇ ਵਿਚਾਰੇ ਮਜ਼ਦੂਰ, ਉਹ ਭਾਵ ਕੁਰਸੀਆਂ 'ਤੇ ਬੈਠਣ ਵਾਲੇ ਹੋਰ, ਚਾਹੇ ਉਹ ਕਿਸਾਨ ਨੇ ਚਾਹੇ ਮਜ਼ਦੂਰ ਨੇ, ਜਿਹੜੇ ਉਹਨਾਂ ਦੇ ਮੋਢੀ, ਇਹਨਾਂ ਨੂੰ ਕੁਛ ਨਹੀਂ ਹੁੰਦਾ ਹੈਗਾ, ਕਿਉਂਕਿ ਉਹ ਵਿਕ ਜਾਂਦੇ ਨੇ। ਬਥੇਰੇ ਐਸੇ ਮੋਰਚੇ ਨੇ, ਰਹੋ ਵਿਚਾਰ। ਉਹ ਖੁਫੀਆ ਜਦੋਂ ਗਿਆ, ਉਹ ਤੋਪ ਲਵੇ, ਉਦਾਸ ਜੇ ਹੋਏ, ਆਪਸ ਵਿੱਚ ਘੁਸਰ ਮੁਸਰ ਹੋਣ ਲੱਗੀ ਸਿੰਘਾਂ ਦੀ, ਨਾ ਕਹਿਣ ਲੱਗੇ ਵੀ ਤੁਸੀਂ ਇਹ ਘੁਸਰ ਮੁਸਰ ਕੀ ਕਰ ਰਹੇ ਹੋ, ਗੱਲਾਂ ਕੀ ਕਰ ਰਹੇ ਹੋ, ਪਤਾ ਨਾ ਚੱਲ ਜੇ ਕਿਸੇ ਨੂੰ। ਅਤੇ ਉਹ ਖੁਫੀਆ ਜਦੋਂ ਗਿਆ ਲਵੇ, ਇਹ ਗੱਲ ਸੁਣੀ, ਕਹਿੰਦੇ ਭਾਈ ਕੀ ਗੱਲ ਹੋ ਗਈ? ਹੁਣ ਚੰਗੀ ਸੋਹਣੀ ਦਸਤਾਰ ਸਜਾਈ ਹੋਈ ਆ ਉਹਦੇ, ਪੀਲੇ ਰੰਗ ਦੀ ਵੀ। ਕਹਿੰਦੇ ਭਾਈ ਤੋਪ ਦਾ ਟੁੱਟ ਗਿਆ ਪਹੀਆ, ਅਤੇ ਹੁਣ ਕਿਲ੍ਹਾ ਫਤਿਹ ਕਰਨਾ, ਇਹਦੇ ਤੋਪ ਤੋਂ ਬਿਨਾਂ ਹੋਣਾ ਨਹੀਂ, ਕਿਉਂਕਿ ਸਵਾ ਮਨ ਦਾ ਗੋਲਾ ਪੈਂਦਾ ਸੀ, ਕੱਚੇ ਸਵਾ ਮਨ ਦਾ 20 ਕਿਲੋ ਬਰੂਦ ਕੱਚਾ ਉਸ ਟਾਈਮ, ਉਹ ਜਿਹੜੀ ਤੋਪ ਦੀ ਆਪਾਂ ਗੱਲ ਕਰ ਰਹੇ, ਅੱਜ ਵੀ ਉਹ ਲਾਹੌਰ ਵਿੱਚ ਪਈ ਹੈ। ਅਤੇ ਕਹਿੰਦੇ ਜਦੋਂ ਇਹ ਦੱਸੀ ਨਾ ਅੰਦਰੋਂ ਹੱਸਿਆ ਉਹ, ਵੀ ਇਹ ਕਿਲ੍ਹਾ ਫਤਿਹ ਨਹੀਂ ਹੋਣਾ। ਕਹਿੰਦੇ ਜਦੋਂ ਸਿੰਘਾਂ ਨੇ ਕਿਹਾ ਨਾ ਕਿ ਜਥੇਦਾਰ ਆ ਗਏ, ਕਹਿੰਦੇ ਭਾਈ ਕੀ ਹੋਇਆ ਜਥੇਦਾਰ? ਕਹਿਣ ਲੱਗੇ ਅਕਾਲੀ ਬੁੱਲਾ ਸਿੰਘ ਜੀ, ਕਹਿਣ ਲੱਗੇ ਜੀ ਆਹ ਗੱਲ ਹੋਈ ਹੈ, ਤੋਪ ਨਹੀਂ ਇੱਦਾਂ ਚੱਲਣੀ। ਕਹਿੰਦੇ ਫਿਰ? ਕਹਿੰਦੇ ਤੋਪ ਤਾਂ ਚੱਲ ਸਕਦੀ ਇਹਦੇ ਨਾਲ ਕੋਈ ਮੋਢਾ ਲਾਵੇ, ਮੋਢਾ ਲਾਵੇ। ਕਹਿੰਦੇ ਜਿਹੜਾ ਮੋਢਾ ਲਾਵੇ ਚੱਲਦੀ ਆ ਨਾ ਤੋਪ ਭਾਈ, ਉਹ ਪਿੱਛੇ ਨੂੰ ਅੜਾਉਂਦੀ ਆ। ਕਹਿੰਦੇ ਮੋਢਾ ਲਾਵੇ, ਜਿਹੜਾ ਸਿੰਘ ਮੋਢਾ ਲਾਵੇਗਾ ਉਹਦਾ ਵੀ ਕੱਖ ਨਹੀਂ ਰਹਿਣਾ, ਭਾਵ ਉਹ ਵੀ ਉੱਡ ਜਾਵੇਗਾ, ਚਿੱਤਰਾ ਚਿੱਤਰਾ ਹੋ ਜਾਵੇਗਾ, ਸ਼ਹੀਦ ਹੋ ਜਾਵੇਗਾ। ਤੇ ਕਹਿਣ ਲੱਗੇ ਫਿਰ ਜਥੇਦਾਰ ਸਾਹਿਬ, ਦੇਖੋ ਕਿੱਡਾ ਜਿਗਰਾ ਸੀ ਅਕਾਲੀ ਫੂਲਾ ਸਿੰਘ ਜੀ ਦਾ, ਮਾਨ ਹੋਣਾ ਚਾਹੀਦਾ ਸਾਨੂੰ ਜਥੇਦਾਰਾਂ ਦੇ, ਇਹੋ ਜਿਹੇ ਯੋਧਿਆਂ ਤੇ। ਕਹਿੰਦੇ ਭਾਈ ਤੁਹਾਡਾ ਜਥੇਦਾਰ ਕੌਣ ਹੈ? ਕਹਿੰਦੇ ਜੀ ਤੁਸੀਂ। ਕਹਿੰਦੇ ਫਿਰ ਮੋਢਾ ਅਸੀਂ ਲਾਵਾਂਗੇ ਇਹਦੇ ਨਾਲ, ਕਿਸੇ ਨਹੀਂ ਲਾਉਣਾ। ਫਿਰ ਸਿੰਘਾਂ ਨੇ ਪੰਜ ਸਿੰਘਾਂ ਰੂਪ ਵਿੱਚ ਹੋ ਕੇ ਬੇਨਤੀ ਕੀਤੀ, ਹੁਕਮ ਕੀਤਾ, ਕਹਿ ਲਈਏ ਆਪਾਂ, ਜਥੇਦਾਰ ਸਾਹਿਬ ਤੁਸੀਂ ਸਾਡੇ ਜਥੇਦਾਰ ਹੋ। ਜਿਵੇਂ ਚਮਕੌਰ ਦੀ ਗੜੀ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਪੰਜ ਸਿੰਘਾਂ ਨੇ ਹੁਕਮ ਕੀਤਾ ਸੀ ਵੀ ਗੜੀ ਛੱਡਣੀ ਪਵੇਗੀ, ਤੁਸੀਂ ਸਾਡੇ ਜਥੇਦਾਰ ਹੋ, ਤੁਸੀਂ ਨਹੀਂ ਮੋਰ ਇਹ ਮੋਢਾ ਲਾ ਸਕਦੇ, ਤੁਸੀਂ ਉਹ ਸਾਡੇ ਜਥੇਦਾਰੀ
ਸ਼ਹੀਦ ਹੋ ਕੇ ਫਿਰ ਸਾਡੀ ਕਮਾਨ ਕੌਣ ਸਾਂਭੇਗਾ? ਉਦੋਂ ਫਿਰ ਕਹਿੰਦੇ 13 ਸਿੰਘ ਆਏ ਮਰਨ ਮੂਲਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਲਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਲਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਮੌਤ ਦੇ ਦੀਵਾਨੇ ਜਿਹੜੇ, ਮੌਤ ਦੇ ਦੀਵਾਨੇ ਜਿਹੜੇ, ਮੌਤ ਦੇ ਦੀਵਾਨੇ ਜਿਹੜੇ, ਮੌਤ ਦੇ ਦੀਵਾਨੇ ਨੇ, ਮਰਨ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਪਹਿਲਾ ਮਰਨ ਕਬੂਲ ਜੀਵਨ ਕੀ ਧਨਿਆਸ, ਸਭਨਾ ਕੀ ਰੇਣ ਕਾ ਤਾਓ ਆਓ ਹਮਾਰੇ ਪਾਸ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਿਹਾ ਮਹਾਰਾਜ ਨੇ, ਜੀਵਨ ਮੁਕਤ ਤਾਂ ਵੀ ਹੋ ਸਕਦਾ ਬੰਦਾ। ਫਿਰ 13 ਸਿੰਘਾਂ ਨੇ ਮੋਢਾ ਲਾਇਆ, 13 ਸਿੰਘ ਸ਼ਹੀਦ ਹੋਏ। ਜਦੋਂ ਕਹਿੰਦੇ 13 ਗੋਲੇ ਚੱਲੇ, ਕਹਿੰਦੇ ਇੰਨੀ ਮਤਲਬ ਚੌੜੀ ਕੰਧ ਸੀ ਜਿਹੜੀ, ਉਹਦੇ ਵਿੱਚ ਪਾੜ ਹੋਇਆ। ਫਿਰ ਜਥੇਦਾਰ ਅਕਾਲੀ ਫੂਲਾ ਸਿੰਘ ਸਭ ਤੋਂ ਪਹਿਲਾਂ ਨਾਲ ਜਥੇ ਨੂੰ ਲੈ ਕੇ ਅੰਦਰ ਬੜੇ ਕਿਲੇ ਦੇ ਵਿੱਚ, ਕਹਿੰਦੇ ਫਿਰ ਉੱਥੇ ਗਹਿ ਗੱਚ ਲੜਾਈ ਹੋਈ। ਇੱਕ ਕਹਿੰਦੇ ਜਦੋਂ ਮੁਜ਼ੱਫਰ ਖਾਨ ਦੇ ਸਾਹਮਣੇ ਹੋਏ ਨਾ ਅਕਾਲੀ ਫੂਲਾ ਸਿੰਘ ਜੀ, ਹੱਥ ਥੋੜ੍ਹਾ ਜਿਹਾ ਵਾਰ ਲੱਗਿਆ, ਅਤੇ ਵਾਰ ਲੱਗਿਆ ਜਦੋਂ ਸਵੇਰ ਤੋਂ ਲਾ ਕੇ ਸ਼ਾਮ ਤੱਕ ਲੜਾਈ ਜੰਗ ਹੋਈ ਪੂਰੀ। ਕਹਿੰਦੇ ਵੈਸੇ ਤਾਂ ਕਹਿੰਦੇ ਇਤਿਹਾਸ ਕਰਦੇ ਨੇ ਕਈ ਦਿਨ ਜੰਗ ਹੋਈ, ਪਰ ਅਕਾਲੀ ਜਥੇਦਾਰ ਫੂਲਾ ਸਿੰਘ ਜਦੋਂ ਗਏ ਨੇ ਸਵੇਰ ਤੋਂ ਸ਼ਾਮ ਤੱਕ। ਇੱਕ ਕਹਿੰਦੇ ਜਥੇਦਾਰ ਦੇ ਜਦੋਂ ਪੱਛ ਲੱਗਿਆ ਨਾ, ਕਹਿੰਦੇ ਬਸ ਫਿਰ ਰੋਹ ਵਿੱਚ ਆਏ ਜਥੇਦਾਰ ਜੀ। ਮੁਜ਼ੱਫਰ ਖਾਨ ਸੀ ਜਿਹੜਾ, ਉਹਦਾ ਕਹਿੰਦੇ ਸਿਰ ਵੱਢ ਕੇ ਥੱਲੇ ਮਾਰੇ, ਤੇ ਦੋ ਪੁੱਤਰ ਸ਼ਹੀਦ ਹੋ ਗਏ ਸਨ, ਚਾਰ ਪੁੱਤਰ ਸਨ ਇਹਦੇ, ਅਤੇ ਦੋ ਪੁੱਤਰ ਇਹਨਾਂ ਨੇ ਫਿਰ ਗ੍ਰਿਫਤਾਰ ਕਰੇ, ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਨੂੰ ਸੌਂਪੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ। ਕਹਿੰਦੇ ਲਾਏ ਭਾਈ, ਆ ਜੰਗ ਦੇ ਵਿੱਚ ਇਹਨਾਂ ਦੇ ਦੋ ਪੁੱਤਰ ਗ੍ਰਿਫਤਾਰ ਕੀਤੇ ਨੇ। ਹੁਣ ਅੱਗੇ ਦੇਖਿਓ ਸਾਡੇ ਰਾਜ ਦਾ, ਜਿਹੜਾ ਸਾਡਾ ਰਾਜਾ ਸੀ ਮਹਾਰਾਜ ਰਣਜੀਤ ਸਿੰਘ, ਆਪਾਂ ਫਿਰ ਸਮਾਪਤੀ ਕਰਦੇ ਹਾਂ। ਜਦੋਂ ਕਹਿੰਦੇ ਗ੍ਰਿਫਤਾਰ ਕਰਕੇ ਲਿਆਂਦੇ, ਲੋਕਾਂ ਨੂੰ ਪਤਾ ਚੱਲਿਆ ਨਾ, ਕਹਿੰਦੇ ਵੀ ਮੁਜ਼ੱਫਰ ਖਾਨ ਦੇ ਦੋ ਸਪੁੱਤਰ ਫੜੇ ਗਏ ਨੇ, ਦੇਖਾਂਗੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕੀ ਸਜ਼ਾ ਦਿੰਦਾ। ਇਕੱਠ ਹੋ ਗਿਆ ਲਾਹੌਰ ਦੇ ਵਿੱਚ, ਅਤੇ ਉਦੋਂ ਗੱਦੀ 'ਤੇ ਬੈਠੇ ਸੀ ਮਹਾਰਾਜ ਰਣਜੀਤ ਸਿੰਘ। ਇਕੱਠ ਹੋਇਆ ਰਾਜ ਦੇ ਵਿੱਚ, ਕਹਿੰਦੇ ਘਰ ਘਰ ਦਾ ਬੰਦਾ ਪਹੁੰਚਿਆ ਨਾ, ਜਦੋਂ ਲੈ ਕੇ ਦਰਬਾਰ ਵਿੱਚ ਹੋਏ ਹਾਜ਼ਰ ਉਹਨਾਂ ਦੇ ਸਪੁੱਤਰ ਮਹਾਰਾਜਾ ਰਣਜੀਤ ਸਿੰਘ ਦੇ, ਮਹਾਰਾਜਾ ਰਣਜੀਤ ਸਿੰਘ ਨੇ ਉੱਠ ਕੇ ਨਾ ਮੁਜ਼ੱਫਰ ਖਾਨ ਦੇ ਦੋਹੇ ਪੁੱਤਰ ਨੂੰ ਗਲ ਦੇ ਨਾਲ ਲਾਇਆ। ਇਹ ਸਾਡਾ ਰਾਜ ਜਿਹਨੂੰ ਆਪਾਂ ਖਾਲਿਸਤਾਨ ਕਹਿੰਦੇ ਹਾਂ, ਇਹ ਖਾਲਸੇ ਦਾ ਰਾਜ ਹੋਣਾ ਚਾਹੀਦਾ ਨਾ, ਅੱਜ ਦਾ ਕੋਈ ਰਾਜਾ ਹੋਇਆ। ਅੱਜ ਵੀ ਦੇਖੋ ਰਾਜੇ ਬਣੇ ਫਿਰਦੇ ਨੇ, ਆ ਮੰਤਰੀ ਵਰਗੇ,
ਜਿਹੜੇ ਸਾਡੇ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ, ਅਜੇ ਤੱਕ ਕਿੰਨੀਆਂ ਸਰਕਾਰਾਂ ਹੋ ਕੇ ਵਾਗੀਆਂ, ਕਿਸੇ ਤੇ ਏਦਾਂ ਨਹੀਂ ਹੋਏ ਵੀ ਇੱਥੋਂ ਫੜ ਲਓ ਜਾ ਕੇ ਵਿਗੜੂ ਜੇਲ੍ਹ ਵਿੱਚ ਬੰਦ ਕਰ ਦਿਓ, ਕੋਈ ਨਹੀਂ ਆਇਆ ਇੰਨਾ। ਬੇਸ਼ੱਕ ਉਹਨਾਂ ਨੇ ਸਾਡੇ ਨਾਲ ਕਸਰ ਕੋਈ ਨਹੀਂ ਛੱਡੀ, ਪਹਿਲਾਂ ਵੀ ਸ਼ਹੀਦੀਆਂ ਸਾਡੇ ਸਿੱਖਾਂ ਦੀਆਂ ਕੀਤੀਆਂ ਗਈਆਂ ਨੇ, ਬੇਅਦਬੀਆਂ ਕੀਤੀਆਂ ਗੁਰੂ ਸਾਹਿਬ ਦੀਆਂ, ਪਰ ਇੱਦਾਂ ਨਹੀਂ ਕਦੇ ਵੀ ਹੋਇਆ ਜਿਹੜੀ ਸਰਕਾਰ ਨੇ ਹੁਣ ਕੀਤਾ। ਅਤੇ ਕਹਿੰਦੇ ਫੜ ਕੇ ਨਾ ਗੱਲ ਦੇ ਨਾਲ ਲਾ ਲਿਆ ਮਹਾਰਾਜ ਰਣਜੀਤ ਸਿੰਘ ਨੇ, ਕਹਿੰਦੇ ਭਾਈ ਲੋਕ ਦੇਖਣੇ ਗੱਲ ਵੀ ਮਹਾਰਾਜ ਤੁਸੀਂ ਕੀ ਕਰਦੇ ਆਪਣੇ ਦੁਸ਼ਮਣ ਦੇ ਪੁੱਤਰ ਨੂੰ ਗਲੇ ਨਾਲ ਲਾ ਰਹੇ ਹੋ। ਕਹਿੰਦੇ ਭਾਈ ਦੁਸ਼ਮਣ ਸਾਡਾ ਜੰਗ ਵਿੱਚ ਹੈ, ਇੱਥੇ ਨਹੀਂ ਹੈ, ਇੱਥੇ ਸਾਡੇ ਪੁੱਤਰ ਨੇ। ਫਿਰ ਉਹਨਾਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਸਰਨ ਵਿੱਚ ਰੱਖ ਲਿਆ ਸੀ। ਇੱਥੋਂ ਵਿਚਾਰ ਆਪਾਂ ਕੱਲ੍ਹ ਆਰੰਭ ਕਰਾਂਗੇ ਅਤੇ ਅੱਗੇ ਫਿਰ ਗਾਹਾਂ ਜਥੇਦਾਰ ਅਕਾਲੀ ਫੂਲਾ ਸਿੰਘ ਜਿਹੜੀ ਸ਼ਹੀਦੀ ਆ ਉਹ ਅੱਗੇ, ਕਿਉਂਕਿ ਜੀਵਨ ਤਾਂ ਬੜਾ ਲੰਬਾ ਹੁੰਦਾ, ਆਪਾਂ ਸ਼ੋਰਟਕੱਟ ਵਿਚਾਰ ਜੀ, ਕਿਉਂਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਲੰਘਿਆ ਸੀ ਤਾਂ ਕਰਕੇ ਆਪਾਂ ਵਿਚਾਰ ਕਰ ਰਹੇ ਹਾਂ। ਸਮਾਂ ਥੋੜ੍ਹਾ ਹੁੰਦਾ ਹੈ, ਫਿਰ ਵੀ ਆਪਾਂ ਚਲੋ ਜਿੰਨੀ ਕੁ ਹੁੰਦੀ ਹੈ ਮਾਰ ਕਿਰਪਾ ਕਰਦੇ ਨੇ ਆਪਾਂ ਵਿਚਾਰ ਕਰਦੇ ਹਾਂ ਭਾਈ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਾਹਿਬ ਸੁਖੀ ਮਨ ਬਜਿਆ ਬਾਗਾ, ਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸਭੋ ਤਾ ਗਾਵੋ ਹਰੀ ਸੇਵਾ ਮਨ ਜਿੰਦ ਸਾਇਆ, ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਹ ਵਿਸਾਰੇ, ਹੈ ਨਾਨਕ ਮਨ ਮੇਰੇ ਸਦਾ ਰਹੋ। ਸੱਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ, ਭਗਤਾਂ ਤੇ ਰਹਿ ਸਭ ਕੁਛ ਹੈ ਜਿਸ ਦੇ ਸੋ ਭਾਵੇ, ਸਦਾ ਸਭ ਤਸਲਾ ਤੇਰੀ ਨਾਮ ਮਨ ਵਸਾਵੇ, ਨਾਮ ਜਪਤਾ ਮਨ ਵਸਿਆ ਬਾਗੇ ਸਭ ਦੁਖਨੀ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ, ਬਾਰੋ ਸੱਚ ਨਾਮ ਗਵਾਰ, ਹਰ ਸਾਲ ਦੁੱਖ ਮਨ ਆਏ ਵਸਿਆ ਜਨੇ ਇੱਛਾ ਸਭ ਭਜਾਈਆਂ, ਰਾਘਵ ਰਾਣੀ ਜੀ ਤਾਂ ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ, ਦਾਰੋ ਬਾਜੇ ਪੰਚ ਸ਼ਬਦ ਕਰੇ ਸਭਾਂਗੇ ਸਭ ਵਾਜੇ ਕਰਾ ਜਿਤ ਕਰਤਾਰੀਆ, ਪੰਚ ਦੂਤ ਤੁਧ ਵਾਸ ਕੀਤੇ ਕਾਲ ਪੰਡ ਕੁਮਾਰ, ਪਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਆਹੇ ਨਾਨਕ ਤੈ ਸੁਖੋ ਆਸ ਕਰਿ ਅਨੁਭਵ ਵਾਜੇ, ਅਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ, ਸਭ ਪਾਇਆ ਤੁਸੀਂ ਸਗਲ ਰਸੀ, ਦੁਖ ਰੋਗ ਸੰਦਾ ਪੇਪਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸੰਤੇ ਪੂਰੇ ਬੁੱਧ ਜਾਣੀ, ਹੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਦਇਆ ਪਰ ਪੂਰੇ, ਜਿਨ ਬੰਤ ਨਾਨਕ ਗੁਰ ਚਰਨ ਲਾਜੀ ਬਾਜੀ ਅਨਹਦ ਪੂਰੇ ਸਲੋਕ, ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ, ਰਾਤੋ ਦਾਈ ਦਾਇਆ ਖੇਲੇ ਸਾਗਲ ਜਾਗਤ, ਚੰਗਿਆਈਆਂ ਬੁਰਿਆਈਆਂ ਵਚ ਧਰਮ ਦੂਰ, ਆਪੋ ਆਪਣੀ ਦੇ ਨੇੜੇ ਕੇ
ਜਿਨੀ ਨਾਮ ਧਿਆਇਆ ਗਏ ਮੁਸਤ ਤਕਾਲ ਨਾਨਕ ਦੇ ਮੁਖੋ ਜਾਲੇ ਜਿਤੀ ਜੁਤੀ ਨਾਲ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ